ਵੇਖ ਲੋਕਾਂ ਦੀਆਂ ਧੀਆਂ ਪਹਿਣਾ ਵੱਲ ਵੇ ਤੂ ਤਿੱਖੇ ਤਿੱਖੇ ਤੀਰ ਕੱਸਦਾ ਕਦੇ ਆਖਦਾ ਕਿਸੇ ਨੂੰ ਟੋਟਾ ਪੁਰਜਾ ਕਿਸੇ ਨੂੰ ਚਿੱਟਾ ਮਾਲ ਦੱਸਦਾ ਪਹਿਲਾ ਮੈਂ ਸੰਧੂ ਗੋਦੀ ਜਿਹੜੀ ਖਾਇਰੀ ਪਾਈ ਸੀ ਉਹ ਜੀ ਤੇ ਉਸ ਤੋਂ ਬਾਅਦ ਕੁਝ ਹੋਰ ਜਿਹੜੇ ਰਿਸ਼ਤੇਦਾਰ ਆਪਣੇ ਸਾਥ ਸਬੰਧੀ ਮਿੱਤਰ ਪਿਆਰੇ ਮੂਗਲਾ ਕਰਦੇ ਵੀ ਤੁਸੀਂ ਆਪਦੇ ਸੰਧੂ ਬਾਰੇ ਤਾਂ ਲਿਖ ਲਿਆ ਤੇ ਸਾਡੇ ਬਾਰੇ ਕਿਉਂ ਨਹੀਂ ਲਿਖਿਆ ਭੈਣ ਨੂੰ ਵੀ ਵੀਰ ਨਾਲ ਕੋਈ ਐਸਾ ਨਖਤਾਬ ਦੇ ਜਾਵੇ ਹੋ ਤੇਰੀ ਭੈਣ ਨੂੰ ਵੀ ਦੇਖੀ ਕਿਤੇ ਨਿਕਿਆ ਕੋਈ ਐਸਾ ਨਖਤਾਬ ਦੇ ਜਾਵੇ ਅਸਲ 'ਚ ਨਾ ਜਿਹੜੀ ਗਾਇਕੀ ਗਾ ਰਹੇ ਆ ਜਾਂ ਲਿਖ ਰਹੇ ਆ ਜੀ ਨਾ ਇਹਦੇ ਗਾਹਕ ਥੋੜੇ ਨੇ ਪੈਲੀ ਲੈ ਕੇ ਠੇਕੇ ਤੇ ਜੱਟ ਨੇ ਲਾਇਆ 11 21 ਉਤੋਂ ਤਾਂ ਨਾ ਮਿਲਿਆ ਜੀ ਲੱਗਦਾ ਫਸ ਗਈ ਜਾਣ ਕੜਕੀ ਲਾਂਬੂ ਪਰ ਇੱਕ ਦਿਨ ਮੈਂ ਅਚਾਨਕ ਹੀ 1.5 ਸਾਲ ਬਾਅਦ ਉਹਨੂੰ ਫੋਨ ਲਾਇਆ ਉਸੇ ਨੰਬਰ ਤੇ ਮੈਂ ਕਿਹਾ ਚਲੋ ਦੇਖੀ ਦੱਸੇ ਵੀ ਕੀ ਮਸਲਾ ਹੈ ਨਾ ਤਾ ਮੈਨੂੰ ਸੁਣ ਕੇ ਬੜੀ ਮਤਲਬ ਅੰਦਰੋਂ ਦੁੱਖ ਹੋਇਆ ਰਤਨ ਜੀ ਤੂ ਲਾ ਕੇ ਸਦਰਾਂ ਨੂੰ ਵਗਦਾ ਅੱਖੀਆਂ ਵਿੱਚੋਂ ਪਾਣੀ ਠੁੱਡੇ ਵੱਜਦੇ ਫਸਲਾਂ ਨੂੰ ਰੁੜਦੀ ਮੰਡੀਆਂ ਵਿੱਚ ਕਰਸਾਨੀ ਠੁੱਡੇ ਵੱਜਦੇ ਫਸਲਾਂ ਨੂੰ ਰੁੜਦੀ ਮੰਡੀਆਂ ਵਿੱਚ ਕਰਸਾਨੀ ਜਿਨ੍ਹਾਂ ਨੂੰ ਪੂਰਾ ਮਤਲਬ ਪੰਜਾਬ ਹੀ ਕਹ ਲੋ ਵੀ ਹਨਾ ਉਹਨਾਂ ਨੂੰ ਗਾਲਾਂ ਕੱਢਦਾ ਜਾਂ ਕਹਿੰਦੇ ਨਾ ਮਾੜਾ ਕਹਿੰਦਾ ਪਰ ਮੈਂ ਤਾਂ ਉਹ ਭਰਾ ਦਾ ਥੈਂਕਸ ਕਰਦਾ ਸਿੱਧੂ ਮੂਸੇ ਵਾਲਾ ਜੀ ਕਹਿੰਦਾ ਜ਼ਿਮੀਦਾਰ ਕੀ ਕਰੂ ਤਰੱਕੀ ਜਿਹਦੇ ਪੁੱਤ ਨੂੰ ਆਦਤ ਪੱਕੀ ਬੈੱਡ ਦੀ ਢੋ ਵਿੱਚ ਬੈਠਾ ਰੱਖੀ ਪੱਟੂ ਕੈਨੀ ਦੇਸੀ ਦੀ ਹਾਂ 16 ਉੱਤੇ ਰੱਖਦਾ ਸੰਧੂਆ ਕੂਲਿੰਗ ਏਸੀ ਦੀ ਭਰੀ ਪੰਚਾਇਤ ਵਿੱਚ ਕੱਢਣੀ ਹੈ ਗਾਲ ਮਾੜੀ ਰੱਸਾ ਪਾਉਣਾ ਮਾੜਾ ਸਾਂਝੇ ਸਾਂਢ ਨੂੰ ਸਾਡੇ ਨੁਕਸਾਨ ਤੇ ਜੋ ਤਾੜੀ ਮਾਰ ਹੱਸਦੇ ਕੀ ਅੱਗ ਲਾਉਣੀ ਹੈ ਇਹੋ ਜੇ ਗਵਾਂਢ ਨੂੰ ਕੰਮ ਤੇ ਫੋਕਸ ਨੀਤ ਸਾਫ ਗੁਰਦਾਸ ਸੰਧੂ ਹਲਕੀ ਜੀ ਮੁੱਛ ਰੱਖੋ ਛਾੜ ਕੇ ਮੱਚਦੇ ਸ਼ਰੀਕਾਂ ਦੀ ਕੋਈ ਚੱਲ ਦੀ ਨਾ ਵਾਹ ਬਸ ਲੈਂਦੇ ਰੋ ਸਵਾਦ ਇੱਕ ਸਾੜ ਕੇ ਰਾਹੁ ਕੇਤੂ ਹੀ ਉਲਝਾਈ ਰੱਖਦੇ ਬੁੱਜਦਲ ਨੂੰ ਕੀਰਤੀ ਕਰਦੇ ਮਾਨ ਸਦਾ ਹੀ ਆਪਣੀਆਂ ਬਾਹਾਂ ਤੇ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਰਤਨਦੀਪ ਸਿੰਘ ਢਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਜੋ 17 ਦੋਸਤੋ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਬੋਲੀਆਂ ਗਈਆਂ ਉਹ 17 ਇੱਕ ਨੌਜਵਾਨ ਲਿਖਾਰੀ ਦੁਆਰਾ ਲਿਖੀਆਂ ਗਈਆਂ ਨੇ ਲਚਰਤਾ ਤੋਂ ਦੂਰ ਅੱਜ ਦੀ ਅਜੋਕੀ ਗੀਤਕਾਰੀ ਤੇ ਲਿਖਾਰੀ ਜੋ ਲਿਖਦੇ ਨੇ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਉਹਨਾਂ ਤੋਂ ਦੂਰ ਦੀਆਂ ਗੱਲਾਂ ਨੇ ਨਵੇਂ ਜ਼ਮਾਨੇ ਦਾ ਨਵਾਂ ਜਾਂ ਮੁੰਡਾ ਅਲੜ ਜੀ ਉਮਰ ਦਾ ਪਰ ਉਹਦੇ ਜੋ ਗੀਤ ਨੇ ਉਦੀ ਜੋ ਕਲਮਾਂ ਬੜੀ ਹੀ ਡੂੰਗੀ ਆ ਉਹਦੀਆਂ ਅੱਜ ਆ ਗੀਤ ਸੁਣਾਗੇ ਉਹਦੇ ਆਪਾਂ ਸ਼ੇਅਰ ਸੁਣਾਗੇ ਤੇ ਉਹ ਸ਼ੇਅਰ ਜਾਂ ਉਹਦੇ ਗੀਤ ਉਹਦੀ ਕਲਮ ਦੁਆਰਾ ਜੋ ਨਿਕਲੇ ਨੇ ਉਹ ਤੁਹਾਨੂੰ ਸੋਚਣ ਲਈ ਜ਼ਰੂਰ ਮਜਬੂਰ ਕਰਨਗੇ ਸਾਡੇ ਨਾਲ ਮੌਜੂਦ ਆ ਮੁਕਸਰ ਜ਼ਿਲ੍ਹੇ ਦੇ ਪਿੰਡ ਥਰਾਜਵਾਲਾ ਦਾ ਨੌਜਵਾਨ ਗੁਰਦਾਸ ਸੰਧੂ ਸੰਧੂ ਸਾਹਿਬ ਤੁਹਾਡਾ ਆਰਐਮਪੀ ਟੈਲੀਵਿਜ਼ਨ ਦੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਸਰੋਤਿਆਂ ਦਾ ਆਰਐਮਬੀ ਟੈਲੀਵਿਜ਼ਨ ਦੇ ਜਿਹੜੇ ਦੇਖ ਰਹੇ ਨੇ ਇਸ ਇੰਟਰਵਿਊ ਨੂੰ ਮਾਨ ਰਹੇ ਨੇ ਬਹੁਤ ਬਹੁਤ ਪਿਆਰ ਸਤਿਕਾਰ ਸਾਰਿਆਂ ਲਈ ਜੀ ਸੰਧੂ ਸਾਹਿਬ ਮੈਂ ਪਹਿਲਾਂ ਚਾਹੂੰਗਾ ਤੁਸੀਂ ਪਹਿਲਾਂ ਗੀਤ ਦੇ ਨਾਲ ਤੁਹਾਡਾ ਖitab ਗੀਤ ਆਇਆ ਸੀ ਉਸ ਦੇ ਨਾਲ ਆਪਾਂ ਸ਼ੁਰੂਆਤ ਕਰੀਏ ਪ੍ਰੋਗਰਾਮ ਦੀ ਇੱਕ ਰੰਗਜਾ ਬੰਨਿਆ ਜਾਊਗਾ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ ਜੀ ਬਿਲਕੁਲ ਬਿਲਕੁਲ ਅਸਲ ਜਿਹੜਾ ਉਹ ਗੀਤ ਸੀ ਬੜਾ ਸੋਸ਼ਲ ਤੇ ਪਰਿਵਾਰਕ ਜੀ ਨੂੰ ਆਪਾਂ ਕਹਿ ਸਕਦੇ ਜੀ ਜੀ ਤੇ ਉਸ ਗੀਤ ਦੇ ਨਾਲ ਹੀ ਮੈਂ ਸ਼ੁਰੂਆਤ ਕੀਤੀ ਸੀ ਇਸ ਆ ਇੰਡਸਟਰੀ ਚ ਗੱਲ ਉਹ ਜਾਂ ਇਸ ਲਾਈਨ ਦੇ ਵਿੱਚ ਤਾਂ ਉਹ ਉਹਦੀਆਂ ਮੈਂ ਤੁਹਾਨੂੰ ਦੋ ਲਾਈਨਾਂ ਜ਼ਰੂਰ ਸੁਣਾਉਣਾ ਜੀ ਜੀ ਵੇਖ ਲੋਕਾਂ ਦੀਆਂ ਧੀਆਂ ਪਹਿਣਾ ਵੱਲ ਵੇ ਤੂ ਤਿੱਖੇ ਤਿੱਖੇ ਤੀਰ ਕੱਸਦਾ ਕਦੇ ਆਖਦਾ ਕਿਸੇ ਨੂੰ ਟੋਟਾ ਪੁਰਜਾ ਕਿਸੇ ਨੂੰ ਚਿੱਟਾ ਮਾਲ ਦੱਸਦਾ ਹੋ ਜੀ ਦੀ ਅਣਖ ਵਗਾਰਦਾ ਤੂੰ ਫਿਰਦਾ ਅੱਖ ਵਗਾਰ ਦਾ ਤੂੰ ਫਿਰਦਾ ਉਹ ਤਿੱਖਾ ਨਾ ਜਵਾਬ ਦੇ ਜਾਵੇ ਤੇਰੀ लाਡਲੀ ਜੀ ਭੈਣ ਨੂੰ ਵੀ ਵੀਰ ਨਾਲ ਕੋਈ ਐਸਾ ਨਖਤਾਬ ਦੇ ਜਾਵੇ ਹੋ ਤੇਰੀ ਭੈਣ ਨੂੰ ਵੀ ਦੇਖੀ ਕਿਤੇ ਨਿਕਿਆ ਕੋਈ ਐਸਾ ਨਖਤਾਬ ਦੇ ਜਾਵੇ ਕੋਈ ਐਸਾ ਨਖਤਾਬ ਦੇ ਜਾਵੇ ਹੋ ਵਾਰੀ ਵਾਹ ਕੀ ਬਾਤ ਹੈ ਗੁਰਦਾਸ ਜੀ ਜਿਹੜੀ ਲਿਖਣ ਦੀ ਸੋਨੂ ਇਹ ਲੱਗੀ ਆ ਤਾਂ ਲੱਗੀ ਆ ਕਿਥੋਂ ਲੱਗੀ ਆ ਪਹਿਲਾ ਪਰਿਵਾਰ ਦੇ ਵਿੱਚ ਕੋਈ ਸੀ ਜਾਂ ਕਹਿ ਲਈਏ ਵੀ ਕੋਈ ਦੋਸਤ ਮਿੱਤਰ ਨੂੰ ਦੇਖ ਕੇ ਜਾਂ ਕਿਸੇ ਇੰਡਸਟਰੀ ਦੇ ਗੀਤਕਾਰ ਤੋਂ ਜਾਂ ਲਖਾਰੀ ਤੋਂ ਜਾਂ ਗਾਇਕ ਤੋਂ ਪ੍ਰਭਾਵਿਤ ਹੋ ਤੁਸੀਂ ਅਸਲ 'ਚ ਰਤਨਦੀਪ ਸਿੰਘ ਜੀ ਇਹ ਹੈ ਕਿ ਜਿਹੜਾ ਵੀ ਬੰਦਾ ਕਿਸੇ ਵੀ ਲਾਈਨ 'ਚ ਜਾਂਦਾ ਕਿਸੇ ਖਾਸ ਪਰਟੀਕੂਲਰ ਲਾਈਨ ਦੇ ਵਿੱਚ ਜਾਂਦਾ ਨਾ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਉਹਦੇ ਸਬਕੌਨਸ਼ੀਅਸ ਦੇ ਵਿੱਚ ਕੁਝ ਨਾ ਕੁਝ ਹੁੰਦਾ ਇਸ ਤਰ੍ਹਾਂ ਦਾ ਨਾ ਜੀ ਤਾਂ ਮੇਰੇ ਵੀ ਦਾਦਾ ਜੀ ਸਰਦਾਰ ਕਰਨੈਲ ਸਿੰਘ ਸੰਧੂ ਜੀ ਜੀ ਉਹਨਾਂ ਨੇ ਮੈਨੂੰ ਸਦਾ ਇਸ ਲਾਈਨ 'ਚ ਪ੍ਰੇਰਿਆ ਤਾਂ ਮੇਰੇ ਯਾਦ ਆ ਜਦੋਂ ਬਿਲਕੁਲ ਛੋਟੇ ਛੋਟੇ ਸੀਗੇ ਅਸੀਂ ਤਾਂ ਉਦੋਂ ਉਹਨਾਂ ਨੇ ਸਾਨੂੰ ਨਾ ਦਹੁਦ ਬਾਦਸ਼ਾਹ ਜੀ ਦਾ ਕਿੱਸਾ ਸੁਣਾਉਣਾ ਹਮ ਬਾਬੁਰਜ ਬਲੀ ਸਾਹਿਬ ਦਾ ਲਿਖਿਆ ਹੋਇਆ ਦਹੁਦ ਬਾਦਸ਼ਾਹ ਦਾ ਕਿੱਸਾ ਨਾ ਤਾਂ ਉਹ ਵੈਸੇ ਉਹ ਇਹ ਨਹੀਂ ਕਿ ਉਹਨ ਮੇਰੀ ਯਾਦ ਆ ਜਾਂ ਉਹਦੀਆਂ ਲਾਈਨਾਂ ਕੋਈ ਸ਼ਬਦ ਯਾਦ ਆ ਹਮ ਕਹਿੰਦਾ ਮਤਲਬ ਕਿ ਉਹ ਜਿਹੜੀ ਇੱਕ ਰਿਦਮ ਸੀਗਾ ਨਾ ਇੱਕ ਜਿਹੜਾ ਤਾਲ ਸੀਗੀ ਜਾਂ ਇੱਕ ਜਿਹੜੀ ਬਹਿਰ ਸੀਗੀ ਉਹ ਐਸੀ ਦਿਮਾਗ 'ਚ ਬੈਠੀ ਤਾਂ ਉਹ ਫਿਰ ਮੈਨੂੰ ਹੁਣ ਇਸ ਲਾਈਨ ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ ਸ਼ਾਇਰੀ ਦੀ ਜਿਵੇਂ ਪਹਿਲਾਂ ਸਟਾਰਟਿੰਗ 'ਚ ਕੀਤੀ ਹੈ ਨਾ ਤਾਂ ਉਸ ਸ਼ਾਇਰੀ ਨੂੰ ਬੰਨ੍ਹਣ ਦੇ ਲਈ ਜਿਹੜਾ ਇੱਕ ਸਾਂਚਾ ਮਿਲ ਗਿਆ ਨਾ ਉੱਥੋਂ ਮਿਲ ਗਿਆ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਪੜਦੇ ਗਏ ਅੱਗੇ ਦੇ ਅੱਗੇ ਹੈ ਨਾ ਫਿਰ ਉਹਦੇ ਨਾਲ ਕਾਫੀ ਫਰਕ ਪੈ ਗਿਆ ਜੀ ਤੁਸੀਂ ਕਿਹਾ ਵੀ ਤੁਹਾਨੂੰ ਗੁਰਤੀ ਦੇ ਵਿੱਚ ਮਿਲੇਗਾ ਖੂਨ ਦੇ ਵਿੱਚ ਅੱਜ ਦਾ ਸੱਭਿਆਚਾਰ ਜੋ ਪੰਜਾਬੀ ਨੌਜਵਾਨ ਦੇਖ ਰਹੇ ਨੇ ਉਹ ਉਹ ਸੱਭਿਆਚਾਰ ਨਹੀਂ ਤੁਸੀਂ ਬਾਬੂ ਰਾਜਵਲੀ ਦੀ ਗੱਲ ਕਰੀ ਆ ਪਰ ਤੁਹਾਡੀਆਂ ਲਿਖਤਾਂ ਦੇ ਵਿੱਚ ਖਾਸ ਕਰਕੇ ਟਿਕਟੌਕ ਦੇ ਉੱਤੇ ਬੜੇ ਮੁੰਡੇ ਕੁੜੀਆਂ ਫੇਮਸ ਹੋਏ ਬੜੇ ਪੁੱਠੇ ਸਿੱਧੇ ਕੰਮਾਂ ਦੇ ਨਾਲ ਫੇਮਸ ਹੋਏ ਪਰ ਕੁਝ ਲੋਕ ਸੀ ਤੁਹਾਡੇ ਵਰਗੇ ਵਿਰਲੇ ਜੋ ਆਪਣੇ ਵਧੀਆ ਕਲਮ ਦੇ ਰਾਹੀ ਲੋਕਾਂ ਦੇ ਸਾਹਮਣੇ ਆਏ ਤੇ ਲੋਕਾਂ ਨੇ ਪਿਆਰ ਵੀ ਤੁਹਾਨੂੰ ਮਨਾਮੁਹੀ ਦਿੱਤਾ ਹਾਲਾਂਕਿ ਉਹੀ ਪਿਆਰ ਤੁਹਾਨੂੰ ਫੇਸਬੁੱਕ ਤੇ ਤੇ YouTube ਦੇ ਉੱਤੇ ਦੇਖਣ ਨੂੰ ਮਿਲ ਰਿਹਾ ਤੁਸੀਂ ਲਾਈਵ ਪ੍ਰੋਗਰਾਮ ਵੀ ਕਰਦੇ ਹੋ ਹਾਂਜੀ ਤੁਸੀਂ ਪੀ ਐਚ ਡੀ ਵੀ ਕਰ ਰਹੇ ਹਾਂ ਜੀ ਉਹਦਾ ਮੈਨੂੰ ਵਿਸ਼ਾ ਦੱਸੋਗੇ ਵਿਸ਼ਾ ਕੀ ਆ ਹਾਂ ਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ ਐਚ ਡੀ ਕਰ ਰਿਹਾ ਤੇ ਆਧੁਨਿਕ ਪੰਜਾਬੀ ਜਿਹੜੀ ਗੀਤਕਾਰੀ ਦਾ ਬਿੰਬ ਵਿਵਧਾਨ ਜੀ ਹਾਂ ਉਹਦੇ ਵਿੱਚ ਮੇਰੀ ਗੀਤਕਾਰੀ ਤੇ ਮਤਲਬ ਪੀ ਐਚ ਡੀ ਆ ਤੇ ਉਹਦੇ ਵਿੱਚ ਅਸੀਂ 6 ਗੀਤਕਾਰ ਲਏ ਨੇ ਅੱਗੇ ਤਾਂ ਉਹਨਾਂ ਦੀ ਗੀਤਕਾਰੀ ਦਾ ਬਿੰਬ ਵਿਵਧਾਨ ਅਸੀਂ ਮਤਲਬ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੀ ਬਾਬੂ ਰਾਜੋਬਾਲੀ ਤੋਂ ਤੁਸੀਂ ਕਿੰਨਾ ਕੁ ਪ੍ਰਭਾਵਤ ਹੋ ਕਿਉਂਕਿ ਜਦੋਂ ਤੁਹਾਨੂੰ ਸੁਣਦੇ ਆ ਜਾਂ ਤੁਹਾਡਾ ਜੋ ਵੀ ਲਿਖਿਆਗਾ ਪੜ੍ਹਦੇ ਆ ਹਨਾ ਲੱਗਦਾਗਾ ਵੀ ਕੁਝ ਪੁਰਾਣੇ ਜਵਾਨੇ ਦਾਗਾ ਤੁਹਾਡਾ ਕਿ ਦਾਦਾ ਜੀ ਦਾ ਕਾਫੀ ਯੋਗਦਾਨ ਹੈ ਜਿਵੇਂ ਤੁਸੀਂ ਕਿਹਾ ਵੀ ਉਹ ਵੀ ਜਿਆਦਾ ਇੰਟਰਸਟ ਸੀ ਵੀ ਇਹ ਚੀਜ਼ਾਂ ਕਿੱਥੋਂ ਆਈਆਂ ਕਿੰਨਾ ਕੁ ਪੁਰਾਣਾ ਪੜਨਾ ਪਿਆ ਤੁਹਾਨੂੰ ਇਤਿਹਾਸ ਜਾਂ ਪੀ ਐਚ ਡੀ ਦੇ ਦੌਰਾਨ ਤੁਸੀਂ ਪੜ ਰਹੇ ਹੋ ਜਾਂ ਗੋਡ ਗਿਫਟ ਆ ਅਸਲ ਚ ਇਹ ਹੈ ਕਿ ਮੈਂ ਜੀ ਗੱਲ ਕਰਾ ਨਾ ਰਤਨ ਜੀ ਉਹਨਾਂ ਨੂੰ ਪੜਨ ਦੀ ਜਾਂ ਇਹ ਨਹੀਂ ਕਿ ਕਾਪੀ ਹਨਾ ਮੈਂ ਕਰ ਰਿਹਾ ਜਾਂ ਉਹਨਾਂ ਨੂੰ ਮੈਂ ਜ਼ਿਆਦਾ ਪੜ ਨਹੀਂ ਰਿਹਾ ਵੈਸੇ ਪੜਿਆ ਨਹੀਂ ਜ਼ਿਆਦਾ ਬਾਬੂ ਰਜਵਲੀ ਸਾਹਿਬ ਨੂੰ ਜੀ ਮੈਂ ਅਸਲ ਜ਼ਿਆਦਾ ਵਾਰਤਕ ਪੜਦਾ ਹੂੰ ਤੇ ਕਹਿੰਦੇ ਹੁੰਦੇ ਨੇ ਵੀ ਜਿਹੜੀ ਵਿਦਾ ਤੁਸੀਂ ਲਿਖਣੀ ਆ ਉਹ ਤੁਹਾਨੂੰ ਪੜਨੀ ਚਾਹੀਦੀ ਆ ਪਰ ਮੇਰੇ ਇੱਧਰ ਬਿਲਕੁਲ ਹੀ ਉਲਟ ਹੋ ਗਿਆ ਮੈਂ ਨੋਵਲ ਵਗੈਰਾ ਜਾਂ ਕਹਾਣੀ ਪੜਦਾ ਮੈਂ ਜ਼ਿਆਦਾ ਨੋਵਲ ਪੜ੍ਹਦਾ ਸ਼ਕੀਨ ਆ ਨਾ ਤਾਂ ਇਸ ਕਰਕੇ ਮੈਂ ਉਹਨਾਂ ਨੇ ਕਵਤਾ ਘੱਟ ਪੜ੍ਹੀ ਆ ਵੈਸੇ ਮੈਂ ਗਜ਼ਲ ਪੜ੍ਹ ਲੈਣਾ ਤੇ ਬਾਕੀ ਜੇ ਪ੍ਰਭਾਵ ਦੀ ਗੱਲ ਕਰੀਏ ਤਾਂ ਇਹ ਜ਼ਰੂਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹਨਾ ਕਿ ਉਹ ਕਿ ਦਿਨਾਂ ਕਿਤੇ ਮੇਰੇ ਉਹ ਉੱਥੇ ਬਚਪਨ ਤੋਂ ਹੀ ਕਿ ਦਿਨਾਂ ਕਿਤੇ ਮੇਰੇ ਕੰਨਾਂ 'ਚ ਉਹ ਚੀਜ਼ ਪਈ ਆ ਉਹਨਾਂ ਦੇ ਬਾਬੂ ਰੱਜਬਲੀ ਸਾਹਿਬ ਦੀ ਇੱਕ ਬਹਿਰ ਜਿਹੜੀ ਆ ਨਾ ਖਾਸ ਤੌਰ ਤੇ ਸ਼ੰਦ ਜਿਵੇਂ ਸ਼ੰਦ ਸ਼ੰਦਾਬਦੀ ਤੁਸੀਂ ਗੱਲ ਕਰ ਰਹੇ ਹੋ ਨਾ ਤਾਂ ਉਹ ਉੱਥੋਂ ਆਈ ਉਹ ਚੀਜ਼ ਆ ਹਾਂ ਤਾਂ ਇਸ ਕਰਕੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ ਤੇ ਹਾਂ ਬਿਲਕੁਲ ਜੀ ਮੈਂ ਇੱਥੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਗਾ ਵੀ ਗੁਰਦਾਸ ਸੰਧੂ ਜਿੰਨੇ ਪੰਜਾਬ ਦੇ ਵਿੱਚ ਗੋਤ ਆ ਗੋਤਾਂ ਦੇ ਉੱਤੇ ਵੀ ਬੜੇ ਸ਼ੇਅਰ ਬੋਲਦੇ ਨੇ ਇਹ ਗੋਤਾਂ ਦੀ ਜਿਹੜੀ ਫਿਰ ਇਹ ਰਿਸਰਚ ਕਿੱਥੋਂ ਹੁੰਦੀ ਆ ਵੀ ਉਹਨਾਂ ਬਾਰੇ ਜੀ ਕੀ ਖਾਸੀਅਤ ਆ ਕਿਹੜੇ ਗੋਤ ਦੀ ਕੀ ਖਾਸੀਅਤ ਆ ਤੁਸੀਂ ਪੁਰਾਣਾ ਇਤਿਹਾਸ ਮੈਂ ਸਿੱਧੂ ਗੋਤ ਦਾ ਵੀ ਸੁਣਿਆ ਸੰਧੂ ਦਾ ਵੀ ਸੁਣਿਆ ਔਲਖ ਦਾ ਵੀ ਸੁਣਿਆ ਤੁਹਾਡੇ ਮੂੰਹ ਢਿੱਲੋਂ ਦਾ ਵੀ ਸੁਣਿਆਗਾ ਵੀ ਉਹ ਜਿਹੜਾ ਇਤਿਹਾਸ ਆ ਉਹ ਤੁਹਾਨੂੰ ਕਿੱਥੋਂ ਪਤਾ ਲੱਗਦਾਗਾ ਅਸਲ 'ਚ ਨਾ ਜੀ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਜੀ ਟਿਕਟੌਕ ਚੱਲਦੀ ਸੀ ਉਦੋਂ ਜੀ ਤੇ ਭਲਿਆਂ ਵੇਲੇ ਦੀ ਗੱਲ ਕਰ ਰਹੇ ਸੀ ਆਪਾਂ ਤਾਂ ਉਸ ਸਮੇਂ ਦੇ ਵਿੱਚ ਨਾ ਮੈਂ ਅਸਲ 'ਚ ਇਹ ਨਹੀਂ ਸੀ ਕਿ ਸਾਰੇ ਗੋਤਾਂ ਤੇ ਲਿਖੂੰਗਾ ਮੈਂ ਸੋਚਿਆ ਸੀ ਵੀ ਚਲੋ ਇੱਕ ਦੋ ਜਿਹੜੇ ਗੋਤ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਨੇੜੇ ਤੋਂ ਹਣਾ ਉਹਨਾਂ ਤੇ ਜ਼ਰੂਰ ਮਤਲਬ ਗੱਲ ਕਰਾਂਗੇ ਤਾਂ ਪਹਿਲਾਂ ਮੈਂ ਸੰਧੂ ਗੋਤ ਦੀ ਜਿਹੜੀ ਖਾਇਰੀ ਪਾਈ ਸੀ ਉਹ ਤੇ ਉਸ ਤੋਂ ਬਾਅਦ ਕੁਝ ਹੋਰ ਜਿਹੜੇ ਰਿਸ਼ਤੇਦਾਰ ਆਪਣੇ ਸਾਖ ਸਬੰਧੀ ਮਿੱਤਰ ਪਿਆਰੇ ਉਹ ਗਿਲਾ ਕਰਦੇ ਵੀ ਤੁਸੀਂ ਆਪ ਦੇ ਸੰਧੂ ਬਾਰੇ ਤਾਂ ਲਿਖ ਲਿਆ ਤੇ ਸਾਡੇ ਬਾਰੇ ਕਿਉਂ ਨਹੀਂ ਲਿਖਿਆ ਹਣਾ ਤਾਂ ਫਿਰ ਮੈਂ ਕੋਸ਼ਿਸ਼ ਕੀਤੀ ਵਿਕੀਪੀਡੀਆ ਤੋਂ ਗੂਗਲ ਤੋਂ ਹਣਾ ਜਾਂ ਇੱਕ ਕਿਤਾਬ ਹੈ ਜੱਟਾਂ ਦਾ ਇਤਿਹਾਸ ਹੁਸ਼ਿਆਰ ਸਿੰਘ ਦਲੇਹ ਦੀ ਲਿਖੀ ਹੋਈ ਆ ਉਹ ਮੇਰੇ ਕੋਲ ਪਈ ਹੈ ਕਿਤਾਬ ਤਾਂ ਨਹੀਂ ਸੀ ਪਹਿਲਾਂ ਤਾਂ ਮੈਂ Google ਤੋਂ ਹੀ ਸਰਚ ਕਰਕੇ ਲਿਖ ਰਿਹਾ ਸੀ ਪਰ ਮੈਨੂੰ ਸਾਡੇ ਕੋਈ ਚਾਹਣ ਵਾਲੇ ਮਿੱਤਰ ਪਿਆਰੇ ਹਨ ਸਾਡੇ ਸਤਿਕਾਰਯੋਗ ਮਾਤਾ ਜੀ ਉਹਨਾਂ ਨੇ ਉਹ ਸਪੈਸ਼ਲੀ ਕਿਤਾਬ ਭੇਜੀ ਆ ਪੰਜ ਸੱਤ 10 ਦਿਨ ਹੀ ਹੋਏ ਆ ਤੇ ਮੈਨੂੰ ਹੁਣ ਉਹਦੇ ਤੋਂ ਵੀ ਸੌਖਾ ਹੋ ਜੂਗਾ ਕਾਫੀ ਇਤਿਹਾਸ ਪੜਨਾ ਹਾਂ ਕਾਫੀ ਬਾਕੀ ਜਿਹੜੀ ਬਾਹਰ ਦੇ ਵਿੱਚ ਲਿਖਣੀ ਸ਼ੰਦਬੱਦੀ ਚ ਉਹ ਲਿਖਣਾ ਉਹ ਮਤਲਬ ਇਤਿਹਾਸ ਉਹ ਤੁਹਾਨੂੰ ਪਤਾ ਹੈ ਉਹ ਇੱਕ ਵਾਰਤਕ ਦੇ ਵਿੱਚ ਆ ਤੇ ਉਹਨੂੰ ਸ਼ੰਦਬੱਦੀ ਚ ਉਹਨੂੰ ਕਰ ਲਈਦਾ ਥੋੜਾ ਪਤਾ ਆ ਗੁਰਦਾਸ ਭਾਈ ਜੇ ਆਪਾਂ ਪਿੰਡਾਂ ਦੇ ਸੱਭਿਆਚਾਰ ਦੀ ਗੱਲ ਕਰਦੇ ਆਂ ਹਾਂਜੀ ਸ਼ਰੀਕਾ ਵੀ ਆ ਲੜਾਈ ਝਗੜਾ ਵੀ ਆ ਮਿਲ ਮਲਾਪ ਵੀ ਆ ਤੇ ਉੱਥੇ ਹੀ ਕੌੜੀਆਂ ਗੱਲਾਂ ਸੱਚੀਆਂ ਗੱਲਾਂ ਸਾਰਾ ਕੁਝ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਪਰ ਹੁਣ ਉਹ ਚੀਜ਼ਾਂ ਹੋਰ ਰੂਪ ਧਾਰਨ ਕਰ ਰਹੀਆਂ ਨੇ ਪਰ ਜਦੋਂ ਤੁਹਾਡੀ ਜ਼ੁਬਾਨੀ ਉਹ ਚੀਜ਼ਾਂ ਸੁਣਦੇ ਆ ਜਿਵੇਂ ਤੁਸੀਂ ਕੌੜੀਆਂ ਗੱਲਾਂ ਇੱਕ ਸ਼ੇਰ ਆਇਆ ਤੁਹਾਡਾ ਸ਼ਰੀਕਾ ਆਇਆ ਯਾਰੀ ਦੋਸਤੀ ਤੇ ਬੜੇ ਆਏ ਤਾਂ ਉਹ ਲੱਗਦਾਗਾ ਵੀ ਇੰਜ ਵੀ ਹਾਂ ਵੀ ਮੁੰਡਾ ਵਾਕਈ ਇੱਕ ਦਰਦ ਜਾਂ ਰੱਖਦਾਗਾ ਪੰਜਾਬ ਦੇ ਲਈ ਜਾਂ ਪਿੰਡਾਂ ਦੇ ਲਈ ਇੱਕ ਦਰਦ ਰੱਖਦਾ ਹੈ ਇਹ ਗੱਲ ਬਿਲਕੁਲ ਜੀ ਅਸਲ 'ਚ ਜਿੱਥੇ ਆਪਾਂ ਵੱਡੇ ਹੋਏ ਆ ਪਲੇ ਆ ਨਾ ਇੱਥੇ ਪੜੇ ਆ ਤਾਂ ਉਸ ਨੂੰ ਅੰਦਰੋਂ ਕਿਤੇ ਪਾਸੇ ਨਹੀਂ ਕੀਤਾ ਜਾ ਸਕਦਾ ਹਨ ਜਿੰਨੇ ਮਰਜ਼ੀ ਆਪਾਂ ਆਧੁਨਿਕ ਹੋ ਜਾਈਏ ਅੱਜ ਦੇ ਸਮੇਂ 'ਚ ਹਨ ਜਿੰਨੇ ਮਰਜ਼ੀ ਜੁੜ ਜਾਈਏ ਉਹ ਚੀਜ਼ਾਂ ਅੰਦਰ ਰਹਿੰਦੀਆਂ ਨੇ ਤਾਂ ਇਹ ਗੱਲ ਜਿਹੜੀ ਤੁਸੀਂ ਕੌੜੀਆਂ ਗੱਲਾਂ ਵਾਲੀ ਕਹੀ ਆ ਹਨ ਉਹਦੇ 'ਚ ਮੈਂ ਉਹਨੂੰ 파ਟ ਦੇ ਵਿੱਚ ਵੰਡ ਕੇ ਕਾਫੀ ਮਤਲਬ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਅੱਗੇ ਹਨ ਤੇ ਉਹਦੇ ਵਿੱਚੋਂ ਹੀ ਤੁਹਾਨੂੰ ਮੈਂ ਕੁਝ ਲੈਣਾ ਸੁਣਾਉਣਾ ਹੈ ਜਿਹੜੀਆਂ ਜੀ ਜਰੂਰ ਕਹਿੰਦੇ ਬਹੁਤਾ ਰੱਖਿਆ ਪੁੱਤ ਚਮਲਾ ਕੇ ਆਉਂਦਾ ਬਾਹਰੋਂ ਕੀ ਕੁਝ ਖਾ ਕੇ ਪਿਓ ਦੀ ਬਾਹ ਨੂੰ ਵੱਟ ਚੜਾ ਕੇ ਰਹਿੰਦਾ ਭਰਿਆ ਪੀਤਾ ਹੈ ਕਹਿੰਦਾ ਚੌਰਿਆ ਦੱਸ ਤੂੰ ਮੇਰੇ ਲਈ ਕੀ ਕੀਤਾ ਹੈ ਹੂੰ ਟੱਕਰਣ ਜਦੋਂ ਆ ਪੁੱਤ ਬਗਾਨੇ ਆਉਂਦੀ ਫੇਰ ਹੀ ਅਕਲ ਟਿਕਾਣੇ ਮੁਛਫਟ ਗੱਭਰੂ ਬੰਨ ਸਿਆਣੇ ਕੱਢ ਤੇ ਭਰਮ ਜਮ ਮੱਲਾ ਨੇ ਓਏ ਬੇਸ਼ੱਕ ਲੱਗਣ ਕੌੜੀਆਂ ਪਰ ਜਮਾ ਸੱਚੀਆਂ ਗੱਲਾਂ ਨੇ ਬੇਸ਼ੱਕ ਲੱਗਣ ਕੌੜੀਆਂ ਪਰ ਜਮਾ ਸੱਚੀਆਂ ਗੱਲਾਂ ਨੇ ਇਹਦੇ ਵਿੱਚ ਇੱਕ ਹੋਰ ਅੱਗੇ ਗੱਲ ਲਗੀ ਸੀ ਜੀ ਜੀ ਕਹਿੰਦਾ ਜ਼ਿਮੀਦਾਰ ਕੀ ਕਰੂ ਤਰੱਕੀ ਜਿਹਦੇ ਪੁੱਤ ਨੂੰ ਆਦਤ ਪੱਕੀ ਬੈੱਡ ਦੀ ਢੋ ਵਿੱਚ ਬੈਠਾ ਰੱਖੀ ਪੱਟੂ ਕੈਨੀ ਦੇਸੀ ਦੀ ਹਾਂ 16 ਉੱਤੇ ਰੱਖਦਾ ਸੰਧੂਆ ਕੂਲਿੰਗ ਏਸੀ ਦੀ ਕਹਿੰਦਾ ਲੋਣ ਤੇ ਅਰਜਨ ਨਵਾਂ ਕਢਾਇਆ ਕਿਸ਼ਤ ਨਹੀਂ ਮੁੜਦੀ ਖੜਾ ਬਕਾਇਆ ਅੱਕ ਕੇ ਗਲ ਵਿੱਚ ਰੱਸਾ ਪਾਇਆ ਅੰਤ ਨੂੰ ਇਹੀ ਹੱਲਾ ਨੇ ਬੇਸ਼ੱਕ ਲੱਗਣ ਕੌੜੀਆਂ ਪਰ ਜਮਾਂ ਸੱਚੀਆਂ ਗੱਲਾਂ ਨੇ ਬੇਸ਼ੱਕ ਲੱਗਣ ਕੌੜੀਆਂ ਪਰ ਜਮਾਂ ਸੱਚੀਆਂ ਗੱਲਾਂ ਨੇ ਜੀ ਵਾਹ ਜੀ ਵਾਹ ਵਾਹ ਸੰਤੂ ਸਾਹਿਬ ਗੱਲਾਂ ਅੱਜ ਦੇ ਜਵਾਨੇ ਦੀਆਂ ਵੀ ਆ ਤੁਸੀਂ ਅੱਜ ਦੀਆਂ ਜੜੀਆਂ ਸੁੱਖ ਸਹੂਲਤਾਂ ਆਈਆਂ ਜਾਂ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਵੀ ਪਿੰਡੂ ਮੁੰਡੇ ਖਾਸ ਕਰਕੇ ਜਾਂ ਅੱਜ ਦੀ ਨੌਜਵਾਨੀ ਸਾਡੇ ਪਿੰਡਾਂ ਵਾਲਿਆਂ ਨੂੰ ਵੀ ਨਾ ਇਹ ਗੱਲ ਤੇ ਕਿੰਤੂ ਪ੍ਰੰਤੂ ਹੋ ਜੇ ਕਿਤੇ ਵੀ ਜਿਹੜੀ ਚੀਜ਼ ਉਨਾਂ ਲਈ ਮਤਲਬ ਵੀ ਸਹੂਦਾ ਦਿੱਤੀ ਆ ਪਰਿਵਾਰ ਨੇ ਉਸ ਦੀ ਦਰਵਾਰਤੋਂ ਕਿਤੇ ਹੋ ਰਹੀ ਆ ਤੁਸੀਂ ਉਹ ਵੀ ਬਖੂਬੀ ਆਪਣੇ ਸ਼ੇਅਰ ਦੇ ਵਿੱਚ ਦੱਸਿਆਗਾ ਸੰਧੂ ਸਾਹਿਬ ਤੁਹਾਨੂੰ ਕੀ ਲੱਗਦਾਗਾ ਅੱਜ ਦੀ ਨੌਜਵਾਨੀ ਕਿੱਧਰਲੇ ਪਾਸੇ ਨੂੰ ਜਾ ਰਹੀ ਆ ਅਸਲ 'ਚ ਇਹ ਆ ਜੀ ਜਿਵੇਂ ਆਪਾਂ ਦੇਖਦੇ ਆ ਨਾ ਅੱਜ ਦੀ ਨੌਜਵਾਨੀ ਦੇ ਵਿੱਚ ਜ਼ਿਆਦਾਤਰ ਜਿਹੜੀ ਰਸਤੇ ਤੋਂ ਭਟਕਣ ਵਾਲੀ ਗੱਲ ਆ ਨਾ ਕਿਉਂਕਿ ਕੋਈ ਵੀ ਜਿਹੜੀ ਯੂਥ ਆ ਨਾ ਕਿਸੇ ਵੀ ਸਮਾਜ ਦੀ ਕਿਸੇ ਵੀ ਕਮਿਊਨਿਟੀ ਦੀ ਆ ਉਹ ਅਸਲ ਵਿੱਚ ਆਦਰਸ਼ ਨੂੰ ਫੋਲੋ ਕਰਦੀ ਆ ਹਨਾ ਉਹ ਦੇਖਦੀ ਹੈ ਕਿ ਉਹਦਾ ਆਦਰਸ਼ ਉਹਦਾ ਕੀ ਕਰ ਰਿਹਾ ਉਹਦਾ ਹਨਾ ਅੱਗੇ ਉਹ ਜਿਹਨਾਂ ਨੂੰ ਮਾਡਲ ਮੰਨਦੇ ਆ ਆਪਦਾ ਤਾਂ ਆਪਾਂ ਜਿਹਨਾਂ ਨੂੰ ਆਪਾਂ ਮਾਡਲ ਮੰਨ ਰਹੇ ਆ ਜਾਂ ਆਪਣੀ ਨੌਜਵਾਨ ਪੀੜੀ ਮਾਡਲ ਮੰਨ ਰਹੀ ਹੈ ਉਹ ਕੀ ਕਰ ਰਹੇ ਨੇ ਹਨਾ ਤਾਂ ਫਿਰ ਇਹ ਆਪਾਂ ਨੂੰ ਕਲੀਅਰ ਹੀ ਹੈ ਵੀ ਉਹ ਕੀ ਕਰ ਰਹੇ ਨੇ ਉਹੋ ਜੇ ਫਿਰ ਚੱਲ ਰਿਹਾ ਸਾਰਾ ਕੁਝ ਜੇ ਗੀਤਾਂ ਦੇ ਵਿੱਚ ਇੰਨਾ ਕੁਝ ਚੱਲ ਰਿਹਾ ਮਾਰਤਾੜ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਹਨਾ ਜੇ ਗੀਤਾਂ ਵਿੱਚ ਕਿਸੇ ਨੂੰ ਚੱਕ ਕੇ ਲਿਆਉਣਾ ਜਾਂ ਧੱਕੇ ਵਾਲ ਧੱਕੇ ਵਾਲਾ ਕੰਮ ਚੱਲ ਰਿਹਾ ਤਾਂ ਭਾਈ ਫਿਰ ਉਹ ਤਾਂ ਕਿ ਦਿਨ ਅ ਕਿਤੇ ਨੌਜਵਾਨ ਪੀੜੀ ਹਨਾ ਉਹ ਉਹਨੂੰ ਫੋਲੋ ਕਰੂਗੀ ਕਰੂਗੀ ਇਹ ਚੀਜ਼ਾਂ ਦਾ ਅਸਰ ਪੈਂਦਾ ਹਨ ਇਹ ਨਹੀਂ ਆਪਾਂ ਕਹਿ ਸਕਦੇ ਨਕਾਰ ਨਹੀਂ ਸਕਦੇ ਇਸ ਚੀਜ਼ ਨੂੰ ਅਸਰ ਜ਼ਰੂਰ ਪੈਂਦਾ ਇਹਨਾਂ ਗੱਲਾਂ ਜੀ ਪੰਜਾਬ ਦੇ ਬਹੁਤ ਹੀ ਬਾਖਮਾਲ ਅਦਾਕਾਰ ਹਨ ਰਾਣਾ ਰਣਵੀਰ ਜੀ ਪਿਛਲੇ ਦਿਨੀ ਉਹਨਾਂ ਦੀ ਮੂਵੀ ਆਉਂਦੀ ਆ ਸੀਸ ਤੇ ਉਹਦੇ ਵਿੱਚ ਤੁਹਾਡਾ ਰੋਲ ਆ ਉਸ ਦੇ ਬਾਰੇ ਕੁਝ ਦੱਸਣਾ ਚਾਹੂਗੇ ਕਿਦਾਂ ਸੁਭਾਅ ਬਣਿਆ ਹਾਂਜੀ ਰਤਨਦੀਪ ਜੀ ਉਹ ਅਸਲ 'ਚ ਬੜੀ ਖੂਬਸੂਰਤ ਫਿਲਮ ਆ ਪੰਜਾਬੀ ਦੀ ਜੀ ਤੇ ਰੰਜੀ ਆਪਣੇ ਰਾਣਾ ਰਣਵੀਰ ਜੀ ਜੀ ਉਹਨਾਂ ਨੇ ਵੈਸੇ ਮੈਂ ਤੂੰਬੀ ਦੇ ਨਾਲ ਗਾ ਕੇ ਜਿਵੇਂ ਪਹਿਲਾਂ ਕੁਝ ਪਾਉਂਦਾ ਰਹਿੰਦਾ ਸੀਗਾ ਤੁਹਾਨੂੰ ਕਹਿੰਦੇ ਵੀ ਤੂੰਬੀ ਵਾਲਾ ਮੁੰਡਾ ਹਾਂ ਉਹ ਇਸ ਕਰਕੇ ਹਾਂਜੀ ਤਾਂ ਉਹਦੇ ਉਹਨਾਂ ਦਾ ਕਿਤੇ ਵੀਡੀਓ ਪਹੁੰਚਦੀ ਆ ਜਾਂ ਉਹ ਕਿਤੇ ਨਾ ਕਿਤੇ ਸੁਣਦੇ ਆ ਇਸ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਨੂੰ ਹਾਂ ਜੀ ਜੀ ਤਾਂ ਉਹਨਾਂ ਨੇ ਮੈਨੂੰ ਸਪੈਸ਼ਲੀ ਮੈਸੇਜ ਕੀਤਾ ਜੀ ਫੇਸਬੁੱਕ ਤੇ ਜੀ દિਵਾਲੀ ਤੋਂ ਅਗਲਾ ਦਿਨ ਸੀਗਾ ਮੇਰੇ ਯਾਦ ਤੇ ਮੈਂ ਮੈਨੂੰ ਕਹਿੰਦੇ ਸਿੱਧਾ ਉਨੇ ਨਹੀਂ ਲਿਖਿਆ ਸੀ ਕਿ ਤੁਸੀਂ ਮੂਵੀ ਵਿੱਚ ਕੰਮ ਕਰਨਾ ਪਸੰਦ ਕਰੋਗੇ ਤੇ ਜਦੋਂ ਮੈਂ ਪੜਿਆ ਨਾਲ ਦੀ ਨਾਲ ਫਿਰ ਮੈਨੂੰ ਮਤਲਬ ਯਕੀਨ ਨਾ ਆਇਆ ਕਿ ਕੋਈ ਬੰਦਾ ਹੈ ਨਾ ਮੂਵੀ ਲਈ ਕਹਿ ਰਿਹਾ ਮੈਂ ਨਾਲ ਦੀ ਨਾਲ ਪ੍ਰੋਫਾਈਲ ਚੈੱਕ ਕਰੀ ਵੀ ਵਾਕਈ ਕਿਤੇ ਉਂਦਾ ਨਹੀਂ ਕੋਈ ਕਹਿ ਰਿਹਾ ਨਾ ਸਮਝ ਆਕਦਾ ਨਹੀਂ ਤੇ ਬਿਲਕੁਲ ਉਹ ਜੈਨੂਇਨ ਆਈਡੀ ਸੀਗੀ ਹੈ ਨਾ ਤੇ ਮੈਨੂੰ ਕਹਿੰਦੇ ਵੀ ਅਗਰ ਤੁਸੀਂ ਯੈਸ ਹੈ ਤੁਹਾਡੀ ਤਾਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰੋ ਫਿਰ ਮੈਂ ਨਾਲ ਦੀ ਨਾਲ ਉਹਨੂੰ ਫੋਨ ਲਾਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਹਾਡਾ ਕੈਰੈਕਟਰ ਹੈ ਜਿਹੜਾ ਬਿਲਕੁਲ ਯੂਨੀਕ ਆ ਉਹ ਤੇ ਰਾਣਾ ਜੀ ਨੇ ਫੋਨ ਚੱਕਿਆ ਬਿਲਕੁਲ ਰਾਣਾ ਰਣਵੀਰ ਸਾਹਿਬ ਨੇ ਉਹਨਾਂ ਕਿੰ ਸਿ ਨਹੀਂ ਸਕਦਾ ਉਹ ਗੱਲਾਂ ਨਾ ਤਾਂ ਇੱਕ ਐਡੇ ਆਰਟਿਸਟ ਜਿਹਨੂੰ ਆਪਾਂ ਦੇਖਦੇ ਆਂ ਟੀਵੀ ਤੇ ਹੈ ਨਾ ਤਾਂ ਉਹਨਾਂ ਦੇ ਨਾਲ ਜੇ ਤੁਹਾਡੀ ਡਾਇਰੈਕਟ ਗੱਲ ਹੋ ਰਹੀ ਆ ਤਾਂ ਉਹ ਕਹਿੰਦੇ ਵੀ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੂਗੀ ਤੇ ਤੁਹਾਡੇ ਕਾਸਟਿਮ ਵਗੈਰਾ ਜਿਹੜੇ ਹੋਣਗੇ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਫਾਈਨਲ ਹੋ ਜੂਗੀ ਬਾਕੀ ਮੈਨੂੰ ਕੈਰੈਕਟਰ ਬਾਰੇ ਦੱਸਤਾ ਵੀ ਬੜਾ ਵੱਖਰਾ ਜਿਹਾ ਕੈਰੈਕਟਰ ਹੈ ਤੇ ਤੁੰਬੇ ਦੇ ਨਾਲ ਤੁਸੀਂ ਗਾਉਂਦੇ ਹੋਏ ਲੰਘਣਾ ਤੇ ਬਾਕੀ ਮੇਰਾ ਕੰਮ ਵੀ ਤੁੰਬ ਤੁੰਬੀ ਪਲੇ ਕਰਨਾ ਜਾਂ ਤੁੰਬਾ ਵਜਾਉਣਾ ਤੇ ਗਾਉਣਾ ਹੈ ਨਾ ਤਾਂ ਇਸ ਕਰਕੇ ਮੈਨੂੰ ਲੱਗਿਆ ਕਿ ਇਹ ਇੱਕ ਵਧੀਆ ਮੇਰੇ ਲਈ ਇੱਕ ਰਸਤਾ ਤਾਂ ਉਹ ਫਿਰ 88 ਦਿਨ ਮੈਂ ਉੱਥੇ ਮਤਲਬ ਉਹਦੇ ਵਿੱਚ ਪਾਰਟ ਅਦਾ ਕੀਤਾ ਜਿਹੜੀ ਸ਼ੂਟਿੰਗ ਚੱਲ ਰਹੀ ਸੀ ਇੱਧਰ ਟਿੱਬਾ ਪਿੰਡ ਹੈ ਜੀ ਮਲੇਰਕੋਟਲਾ ਸਾਹਿਬ ਬਰਨਾਲਾ ਤੋਂ ਅੱਗੇ ਤਾਂ ਉੱਥੇ ਫਿਰ ਉਹਦੀ ਸ਼ੂਟਿੰਗ ਚੱਲੀ ਤੇ ਬੜੀ ਵਧੀਆ ਪੰਜਾਬੀ ਫਿਲਮ ਉਹ ਬਹੁਤ ਖੂਬਸੂਰਤ ਉਸਨੇ ਨਾਮ ਨਾਮਣਾ ਖਟਿਆ ਤਾਂ ਬੜੀ ਖੁਸ਼ੀ ਹੋਈ ਇਹੋ ਜੀ ਵਧੀਆ ਇੱਕ ਫਿਲਮ 'ਚ ਕੰਮ ਕਰਕੇ ਜੀ ਸੰਧੂ ਸਾਹਿਬ ਪੰਜਾਬ ਦੇ ਜਿਹੜੇ ਮੁੰਡੇ ਨੇ ਖਾਸ ਕਰਕੇ ਪਿੰਡਾਂ ਦੇ ਜਿਹੜੇ ਮੁੰਡੇ ਨੇ ਜੇ ਉਹ ਗਾਇਕੀ ਵੱਲ ਜਾਂਦੇ ਨੇ ਤਾ ਪਿੰਡਾਂ ਦੇ ਵਿੱਚ ਇੱਕ ਗੱਲ ਉੱਡਦੀ ਆ ਵੀ ਇਹ ਤੂੰ ਕਿਧਰ ਕੰਜਰ ਕਿੱਤੇ ਵੱਲ ਤਰਪਿਆ ਘਰਾਂ ਦੇ ਵਿੱਚ ਵੀ ਉੱਡਦੀ ਆ ਖਾਸ ਕਰਕੇ ਰਿਸ਼ਤੇਦਾਰੀਆਂ 'ਚ ਬੜਾ ਇਹ ਹੁੰਦਾਗਾ ਹਨਾ ਤੇ ਹੋ ਸਕਦਾ ਵੀ ਇਹਦੇ ਪਿੱਛੇ ਕਾਰਨ ਇਹ ਹੋਵੇ ਵੀ ਜਿਹੜੇ ਪਹਿਲਾਂ ਵਾਲੇ ਗਾਇਕ ਸੀ ਉਹਨਾਂ ਨੇ ਰੱਖੀ ਹੀ ਇਹ ਚੀਜ਼ ਇਦਾਂ ਕੀ ਵੀ ਇਹ ਕੰਜਰ ਕੀਤਾ ਪਰ ਜੇ ਆਪਾਂ ਸੱਭਿਆਚਾਰ ਨੂੰ ਵਧੀਆ ਚੀਜ਼ ਦੇ ਰਹੇ ਹਾਂ ਜਿਵੇਂ ਹਰਪ੍ਰੇਮਾਨ ਮਾਨ ਜੀ ਆ ਬੜੇ ਸਾਰੇ ਗਾਇਕ ਨੇ ਹਨਾ ਜੇ ਆਪਾਂ ਕਿਸੇ ਦਾ ਨਾਮ ਨਹੀਂ ਲਵਾਂਗੇ ਫਿਰ ਗੁੱਸੇ ਵਾਲੀ ਗੱਲ ਹੋ ਜਾਂਦੀ ਆ ਵੀ ਉਹ ਇੱਕ ਵਧੀਆ ਚੀਜ਼ ਵੀ ਸਮਾਜ ਦੇ ਅੱਗੇ ਦੇ ਰਹੇ ਨੇ ਤੇ ਲਗਾਤਾਰ ਪਿਛਲੇ ਦੋ ਦਹਾਕਿਆਂ ਤੋਂ ਦਿੰਦੇ ਆ ਰਹੇ ਨੇ ਤੁਸੀਂ ਵੀ ਇੱਕ ਇਦਾਂ ਦੀ ਚੀਜ਼ ਦੇ ਰਹੇ ਹੋ ਥੋੜੇ ਸਾਹਮਣੇ ਕੋਈ ਇਦਾਂ ਦੀਆਂ ਮੁਸ਼ਕਲਾਂ ਇੰਨਾ ਵੀ ਇਹ ਕੰਜਰ ਕਿੱਤੇ ਵੱਲ ਤਰਪਿਆ ਤੂੰ ਆ ਇਹ ਗੱਲ ਜ਼ਰੂਰ ਹੈ ਜੀ ਕਿ ਥੋੜਾ ਆਪਣੇ ਜਿਵੇਂ ਪਿੰਡੂ ਪਰਿਵਾਰਾਂ ਦੇ ਵਿੱਚ ਰਹਿੰਦੇ ਆਪਾਂ ਨਾ ਤਾਂ ਇਹ ਹੁੰਦਾ ਵੀ ਛੱਡੋ ਪਰੇ ਕੀ ਐਵੇਂ ਇਹਨਾਂ ਗੱਲਾਂ 'ਚ ਕੀ ਫਾਇਦਾ ਮੇਰੇ ਘਰ ਦੇ ਵੀ ਮੈਨੂੰ ਕਹਿੰਦੇ ਆ ਪਰ ਮੇਰੇ ਦਾਦਾ ਜੀ ਦੀ ਨਾ ਸਪੋਰਟ ਮੈਨੂੰ ਸ਼ੁਰੂ ਤੋਂ ਰਹੀ ਹੈ ਜਿਵੇਂ ਸ਼ੁਰੂ 'ਚ ਆਪਾਂ ਦਾ ਗੱਲ ਕੀਤੀ ਹੈ ਨਾ ਜੀ ਤਾਂ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਆ ਉਹਨਾਂ ਨੇ ਜਦੋਂ ਵੀ ਮੈਂ ਕਿਤੇ ਜਾਣਾ ਤਾਂ ਮੈਨੂੰ ਉਹਨਾਂ ਨੇ ਪੁੱਛਣਾ ਵੀ ਹਾਂ ਵੀ ਕਿ ਮੇਰੇ ਆ ਤੇਰਾ ਪ੍ਰੋਗਰਾਮ ਹਾਂ ਤੇ ਜਿੰਨੇ ਵੀ ਮੈਂ ਪ੍ਰੋਗਰਾਮ ਲਾਏ ਆ ਉਹਨਾਂ ਨੇ ਫੀਡਬੈਕ ਜ਼ਰੂਰ ਲੈਣਾ ਉਸ ਚੀਜ਼ ਦਾ ਤੇ ਮੇਰੇ ਫਾਦਰ ਸਾਹਿਬ ਸਰਦਾਰ ਸ਼ਿਵਰਾਜ ਸਿੰਘ ਸੰ ਅਸੀਂ ਬਿਲਕੁਲ ਦੇਸੀ ਪਰਿਵਾਰ ਆਮ ਸਖਤ ਮਿਹਨਤ ਕਰਨ ਵਾਲਾ ਜਿਹੜਾ ਪਰਿਵਾਰ ਹੁੰਦਾ ਨਾ ਉਹ ਹੈ ਤਾਂ ਮੈਨੂੰ ਕਿਤੇ ਨਾ ਕਿਤੇ ਕਹਿ ਦਿੰਦੇ ਨੇ ਵੀ ਛੱਡ ਪਰੇ ਕੀ ਇਹਨਾਂ ਗੱਲਾਂ 'ਚ ਹਨਾ ਆਪ ਦੇ ਜਾਂਦਾ ਪੜ੍ਹਾਈ ਵੱਲ ਖਿਆਲ ਰੱਖੋ ਤੇ ਜਾਂ ਫਿਰ ਇੱਧਰ ਖੇਤੀ ਵਾਲੇ ਪਾਸੇ ਆ ਜਾਓ ਤੇ ਪਰ ਫਿਰ ਵੀ ਉਹ ਜਿੱਥੇ ਕਹ ਲੋ ਵੀ ਇੱਕ ਚਿੰੰਗ ਹੁੰਦੀ ਹੈ ਨਾ ਲੱਗੀ ਹੋਈ ਅੰਦਰ ਹਨਾ ਇੱਕ ਉਹ ਕਿਤੇ ਨਾ ਕਿਤੇ ਫਿਰ ਆਪਾਂ ਨੂੰ ਅੰਦਰੋਂ ਧੱਕਾ ਮਾਰਦੀ ਹੈ ਵੀ ਨਹੀਂ ਤੈਨੂੰ ਕਰਨਾ ਚਾਹੀਦਾ ਹੈ ਜਾਣਾ ਚਾਹੀਦਾ ਇਸ ਕਰਕੇ ਫਿਰ ਖਿੱਚੀ ਆਉਣੀ ਹੈ ਕੰਮ ਜੀ ਬੇਬੇ ਬਾਪੂ ਦਾਦਾ ਜੀ ਤਾਂ ਖੁਸ਼ ਹੋਣਗੇ ਹੋਣਗੇ ਬੇਬੇ ਬਾਪੂ ਖੁਸ਼ ਆ ਸਾਰਾ ਪਰਿਵਾਰ ਖੁਸ਼ ਆ ਬਿਲਕੁਲ ਬਿਲਕੁਲ ਹੁਣ ਤਾਂ ਅਸਲ ਵਿੱਚ ਹੁਣ ਖੁਸ਼ ਹੋਣੇ ਕਿਉਂਕਿ ਹੁਣ ਨਾ ਮੇਰੇ ਲਿਖੇ ਹੋਏ ਗੀਤ ਵੀ ਅੱਗੇ ਕੁਝ ਆਰਟਿਸਟ ਗਾਰੇ ਆ ਜਿਨ੍ਹਾਂ ਦੇ ਵਿੱਚ ਬਾਈ ਰੇਸ਼ਮਨ ਅਨਮੋਲ ਜੀ ਦਾ ਨਾਮ ਆ ਹੋਰ ਵੀ ਅੱਛੇ ਆਰਟਿਸਟ ਅੱਗੇ ਅੱਗੇ ਹਨਾ ਉਹਨਾਂ ਨਾਲ ਗਾਣੇ ਕਰ ਰਹੇ ਆ ਤੇ ਜਦੋਂ ਫਿਰ ਥੋੜੀ ਬਹੁਤੀ ਅਮਾਉਂਟ ਆਉਂਦੀ ਆ ਘਰੇ ਹਨਾ ਗੀਤ ਕਾ ਐਜ਼ ਅ ਗੀਤਕਾਰ ਹੀ ਆਉਂਦੀ ਆ ਨਾ ਤਾਂ ਫਿਰ ਉਹ ਚੰਗਾ ਲੱਗਦਾ ਘਰਦਿਆਂ ਨੂੰ ਵੀ ਤਾਂ ਇਸ ਕਰਕੇ ਹੁਣ ਬਿਲਕੁਲ ਖੁਸ਼ ਨੇ ਜੀ ਜੀ ਆਰਥਿਕ ਪੱਖ ਤੋਂ ਤਾਂ ਸਹਾਰਾ ਮਿਲਦੇ ਆ ਦੇ ਵਿੱਚ ਪਛਾਣ ਆ ਜਿਹੜੀ ਫੇਸ ਵੈਲਿਊ ਬਣਦੀ ਆ ਜਾਂ ਨਾਮ ਕਰਕੇ ਜਾਂ ਪਿੰਡ ਦਾ ਨਾਮ ਆ ਖਾਸ ਕਰਕੇ ਆਪਣੇ ਬਹੁਤ ਤਵੱਜੋ ਦਿੱਤੀ ਜਾਂਦੀ ਐ ਇਸ ਗੱਲ ਨੂੰ ਵੀ ਪਿੰਡ ਦਾ ਫਲਾਣੇ ਪਿੰਡ ਦਾ ਮੁੰਡਾ ਫਲਾਣੇ ਜ਼ਿਲ੍ਹੇ ਦਾ ਫਲਾਣੇ ਸ਼ਹਿਰ ਦਾ ਲੋਕ ਪਛਾਣਨ ਲੱਗੇ ਵੀ ਗੁਰਦਾਸ ਸੰਧੂ ਬਿਲਕੁਲ ਬਿਲਕੁਲ ਮੈਂ ਨਾ ਇਸ ਗੱਲ ਨੂੰ ਬੜਾ ਵੜਪਾਗਾ ਸਮਝਦਾ ਹਾਂ ਇਹ ਆਪਦੇ ਆਪ ਨੂੰ ਕੀ ਫੇਸ ਵੈਲਿਊ ਦਾ ਕਾਫੀ ਮਤਲਬ ਫਰਕ ਪਿਆ ਹਨਾ ਅੱਗੇ ਨਾਲੋਂ ਬਹੁਤ ਜਦੋਂ ਵੀ ਕਿਤੇ ਜਾਈਦਾ ਤਾਂ ਨਾਲ ਦੀ ਨਾਲ ਪਛਾਣ ਲੈਂਦੇ ਬਾਈ ਜੀ ਤੁਸੀਂ ਉਹੀ ਹੋ ਜਿਹੜੇ ਸ਼ੇਅਰ ਬੋਲਦੇ ਆ ਜਾਂ ਕਹੋਂਦੇ ਹਨਾ ਤੇ ਇੱਕ ਵਾਰ ਦੀ ਮੈਂ ਤੁਹਾਨੂੰ ਦੱਸਦਾ ਗੱਲ ਗਿੱਦੜਵਾਹਾ ਤੋਂ ਜੀ ਮੈਂ ਬੱਸ 'ਚ ਬੈਠਾ ਤੇ ਬੱਸ 'ਚ ਕਾਫੀ ਭੀੜ ਸੀਗੀ ਬੈਠਾ ਨਹੀਂ ਕਹਿ ਸਕਦੇ ਮਤਲਬ ਖੜਾ ਸੀਗਾ ਹਨਾ ਤੇ ਕਾਫੀ ਭੀੜ ਸੀ ਤੇ ਉਹ ਮੈਨੂੰ ਸੀਟ ਨਾ ਮਿਲੀ ਅੱਗੇ ਇੱਕ ਬਜ਼ੁਰਗ ਤੇ ਇੱਕ ਮਤਲਬ ਬੰਦਾ ਸੀ ਤੇ ਉਹਦੇ ਨਾਲ ਇੱਕ ਔਰਤ ਸੀਗੀ ਹਨਾ ਉਹ ਬੈਠੇ ਤੇ ਮੈਂ ਜਦੋਂ ਅੱਗੇ ਗਿਆ ਤੇ ਉਹਨਾਂ ਨੇ ਮੈਨੂੰ ਦੇਖਿਆ ਮੇਰੇ ਚਿਹਰੇ ਵੱਲ ਦੇਖੀ ਗਿਆ ਕਾਫੀ ਸਮਾਂ ਬਜ਼ੁਰਗ ਉਹ ਤੇ ਖੜਾ ਹੋ ਗਿਆ ਜੀ ਉਹ ਉੱਠ ਕੇ ਸੀਟ ਤੋਂ ਮੈਨੂੰ ਕਹਿੰਦਾ ਕਾਕਾ ਤੂੰ ਉਹੀ ਆ ਮੁੰਡਾ ਜਿਹੜਾ ਤੂੰ ਵੀਦੇ ਨਾਲ ਲਗਾਉਣਾ ਤੂੰ ਵੀ ਵਾਲਾ ਮੁੰਡਾ ਹੀ ਆ ਤੇ ਮੈਂ ਕਿਹਾ ਜੀ ਹਾਂ ਬਾਬਾ ਜੀ ਮੈਂ ਉਹੀ ਆ ਕਹਿੰਦਾ ਯਾਰ ਬੈਠ ਤੂੰ ਇੱਥੇ ਤੇ ਮੈਂ ਹੱਥ ਜੋੜੇ ਵੀ ਨਹੀਂ ਬਜ਼ੁਰਗੋ ਤੁਸੀਂ ਬੈਠੋ ਤੁਸੀਂ ਬਿਰਧ ਹੋ ਹੈਗੇ ਹੋ ਨਾ ਤੇ ਉਹ ਜਿਹੜੀ ਉਹਨਾਂ ਨੇ ਮੈਨੂੰ ਗੱਲ ਕਹੀ ਨਾ ਵੀ ਤੁਸੀਂ ਤੁੰਬੀ ਵਾਲਾ ਮੁੰਡਾ ਤੂੰ ਉਹ ਕਿਤੇ ਨਾ ਕਿਤੇ ਮੈਨੂੰ ਜੱਜ ਗਈ ਉਹ ਗੱਲ ਹਨਾ ਫਿਰ ਉਹ ਨਾਮ ਵੀ ਕਿਤੇ ਨਾ ਕਿਤੇ ਉਹ ਨਾਲ ਜੁੜ ਗਿਆ ਤਾਂ ਇਸ ਤਰੀਕੇ ਦੇ ਨਾਲ ਕਾਫੀ ਜਿਵੇਂ ਜਿੱਥੇ ਵੀ ਜਾਈਦਾ ਹੁਣ ਹਨਾ ਤਾਂ ਫੇਸ ਵੈਲਿਊ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਹਨਾ ਫੇਸ ਵੈਲਿਊ ਕਾਫੀ ਮਤਲਬ ਮਿਲੀ ਐਸੀ ਨਾਲ ਜੀ ਗੁਰਦਾਸ ਭਾਈ ਆਪਾਂ ਗੱਲਾਂ ਬਾਤਾਂ ਦਾ ਸلسਲਾ ਵੀ ਜਾਰੀ ਰੱਖਾਂ ਮੈਂ ਚਾਹੂੰਗਾ ਵੀ ਤੁੰਬੀ ਤੇ ਜੇ ਕੁਝ ਹੋ ਜਾਏ ਥੋੜਾ ਜਿਹਾ ਹਾਂ ਜੀ ਜ਼ਰੂਰ ਜ਼ਰੂਰ ਤੁੰਬੀ ਤੇ ਬਿਲਕੁਲ ਤੁਹਾਨੂੰ ਇੱਕ ਗੀਤ ਸੁਣਾਉਣਾ ਮੈਂ ਜਿਹੜਾ ਪਹਿਲਾਂ ਗੀਤ ਕੀਤਾ ਸੀ ਅਸੀਂ ਫਸਲਾਂ ਵਾਲੇ ਜਿਨ੍ਹਾਂ ਨੂੰ ਮਿਊਜ਼ਿਕ ਦਿੱਤਾ ਸੀਗਾ ਕੁੰਮਰ ਬਰਾੜ ਨੇ ਬੜਾ ਅੱਛਾ ਸਾਡਾ ਮਿਊਜ਼ਿਕ ਡਾਇਰੈਕਟਰ ਆ ਤੇ ਵੀਡੀਓ ਡਾਇਰੈਕਟਰ ਸੀ ਏਪੀ ਗਗਨ ਗਿੱਲ ਉਹ ਵੀ ਬੜਾ ਅੱਛਾ ਟੈਲੈਂਟਡ ਆ ਤੇ ਮੈਂ ਤੁਹਾਨੂੰ ਜ਼ਰੂਰ ਉਹਦੀਆਂ ਕੁਝ ਲੈਣਾ ਤੂੰ ਵੀ ਤੇ ਸੁਣਾਉਣਾ ਜੀ ਪੈੜੀ ਲੈ ਕੇ ਠੇਕੇ ਤੇ ਜੱਟ ਨੇ ਲਾਇਆ 11 21 ਉਤੋਂ ਧਾਣਾ ਮਿਲਿਆ ਜੀ ਲੱਗਦਾ ਫਸ ਗਈ ਜਾਣ ਕੜਕੀ ਲਾਂਬੂ ਲਾ ਕੇ ਸਦਰਾਂ ਨੂੰ ਲਾੰਬੂ ਲਾ ਕੇ ਸਦਰਾਂ ਨੂੰ ਵਗਦਾ ਅੱਖੀਆਂ ਵਿੱਚੋਂ ਪਾਣੀ ਠੁੱਡੇ ਵੱਜਦੇ ਫਸਲਾਂ ਨੂੰ ਰੁਲਦੀ ਮੰਡੀਆਂ ਵਿੱਚ ਕਰਸਾਨੀ ਠੁੱਡੇ ਵੱਜਦੇ ਫਸਲਾਂ ਨੂੰ ਰੁਲਦੀ ਮੰਡੀਆਂ ਵਿੱਚ ਕਰਸਾਨੀ ਮਰਦੇ ਕਰਸਾਂ ਦੀਆਂ ਹੁਣ ਨਾ ਸੁਣਦਾ ਏ ਕੋਈ ਹੂਕਾ ਸਾਨੂੰ ਕਿਤੇ ਅੱਖਿਆਂ ਨੂੰ ਬੀਜਣੀਆਂ ਪੈ ਨਾ ਜਾਣ ਬਦੂਕਾਂ ਸਾਨੂੰ ਕਿਤੇ ਅੱਖਿਆਂ ਨੂੰ ਬੀਜਣੀਆਂ ਪੈ ਨਾ ਜਾਣ ਬਦੂਕਾਂ ਵੇਖੀ ਗੁਰਦਾਸ ਸਿਆ ਵੇਖੀ ਗੁਰਦਾਸ ਸਿਆ ਓਏ ਕਿਦਰੇ फडਕ ਨਾ ਜਾਏ ਜਵਾਨੀ ਠੁੱਡੇ ਵੱਜਦੇ ਫਸਲਾਂ ਨੂੰ ਰੁੜਦੀ ਮੰਡੀਆਂ ਵਿੱਚ ਕਰਸਾਨੀ ਵਾਹ ਜੀ ਬਾਬਾ ਕੀ ਬਾਤ ਹੈ شکریہ ਗੁਰਦਾਸ ਜੀ ਜਿਹੜਾ ਇਹ ਕਟਾਸ਼ ਕੀਤਾਗਾ ਤੁਸੀਂ ਸਰਕਾਰਾਂ ਦੀ ਵੀ ਗੱਲ ਆਉਂਦੀ ਆ ਤੁਸੀਂ ਕਿਹਾ ਬੰਦੂਕਾਂ ਦੀ ਵੀ ਗੱਲ ਕੀਤੀ ਆ ਜੀ ਤੁਹਾਨੂੰ ਲੱਗਦਾਗਾ ਵੀ ਜਿਹੜਾ ਪੰਜਾਬ ਆ ਜਿਹਨੂੰ ਆਪਾਂ ਸੋਨੇ ਦੀ ਚਿੜੀ ਕਹਿੰਦੇ ਸੀਗੇ ਜਾਂ ਉਹ ਪੰਜਾਬ ਜੀ ਵੀ ਗੱਲਾਂ ਆਪਾਂ ਅੱਜ ਕੱਲ ਕਿਤਾਬਾਂ ਵਿੱਚ ਪੜ੍ਹਦੇ ਆ ਵੀ ਇਹੋ ਜਿਹਾ ਵੀ ਪੰਜਾਬ ਹੁੰਦਾ ਸੀ ਉਹ ਪੰਜਾਬ ਦੇ ਉਹ ਵਧੀਆ ਦਿਨ ਵਾਪਸ ਆ ਜਾਣਗੇ ਕੋਈ ਹਵਾ ਦਾ ਠੰਡੀ ਹਵਾ ਦਾ ਬੁਲਾਵੂਗਾ ਅਸਲ 'ਚ ਅਜੀ ਰਤਨਦੀਪ ਜੀ ਕੀ ਏ ਇਹ ਮਾਇਨਾ ਰੱਖਦਾ ਵੀ ਪੰਜਾਬ ਦਾ ਜਿਹੜਾ ਯੂਥ ਹੈ ਨਾ ਉਹ ਕੀ ਸੁਣ ਰਿਹਾ ਹੈ ਉਹ ਕੀ ਲਿਖ ਰਿਹਾ ਉਹ ਕੀ ਗਾ ਰਿਹਾ ਹੈ ਨਾ ਤਾਂ ਉੱਥੋਂ ਹੀ ਉਹਦੇ ਉਹਦੇ ਫਿਊਚਰ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਨਾ ਜੀ ਤੇ ਤੁਹਾਨੂੰ ਪਤਾ ਹੀ ਹੁਣ ਅੱਜ ਦਾ ਜਿਵੇਂ ਪਹਿਲਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਇਸ ਮਸਲੇ ਤੇ ਨਾ ਕਿ ਅੱਜ ਦਾ ਜਿਹੋ ਜਿਹਾ ਧੂਮ ਢੜਕਾ ਚੱਲੀ ਜਾਂਦਾ ਹੈ ਖਾਣ ਪੀਣ ਦੇ ਪੱਖੋਂ ਵੀ ਆਪਾਂ ਮਲਾਵਟੀ ਖਾ ਰਹੇ ਹਾਂ ਸੁਣ ਵੀ ਆਪਾਂ ਉਹ ਜਿਹੜਾ ਸ਼ੋਰ ਸ਼ਰਾਬਾ ਰਹੇ ਹਾਂ ਨਾ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਹੈ ਵੀ ਆਉਣ ਵਾਲਾ ਪੰਜਾਬ ਕਿਹੋ ਜਿਹਾ ਹੋਊਗਾ ਨਾ ਪਰ ਆਪਣੇ ਵੱਨੀਓ ਤਾਂ ਇਹ ਹੀ ਦੁਆ ਹੈ ਕਿ ਵਧੀਆ ਸਭ ਕੁਝ ਚੰਗਾ ਹੋਵੇ ਪਿਆਰ ਮੁਹੱਬਤ ਉਹੀ ਵਾਪਸ ਆਵੇ ਹਨ ਆਪਾਂ ਤਾਂ ਇਹੀ ਦੁਆ ਕਰਦੇ ਹਾਂ ਜੀ ਤੁਹਾਡੇ ਨਾਲ ਮੈਂ ਗੱਲਾਂ ਕਰ ਰਿਹਾ ਤਾਂ ਮੈਨੂੰ ਇਦਾਂ ਲੱਗਦਾ ਵੀ ਤੁੰਬੀ ਵਾਲਾ ਮੁੰਡਾ ਦਾ ਤੁਹਾਨੂੰ ਕਹਿੰਦੇ ਹੀ ਕਹਿੰਦਾ ਪਰ ਤੁਹਾਨੂੰ ਕੀਰਤੀ ਗਾਇਕ ਤੇ ਕੀਰਤੀ ਲਿਖਾਰੀ ਵੀ ਕਹਿਣਾ ਚਾਹੀਦਾ ਲੋਕਾਂ ਨੂੰ ਮੈਂ ਇਹੀ ਉਮੀਦ ਕਰਦਾ ਵੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਵੀ ਵਧੀਆ ਤੁਹਾਡੀ ਚੜਤ ਹੋਵੇ ਆਪਾਂ ਕਹਿ ਦਿੰਨੇ ਆ ਸਮਾਨੀ ਗੁੱਡੀ ਚੜੀ ਹੋਵੇ ਤੇ ਉਦੋਂ ਵੀ ਤੁਹਾਨੂੰ ਲੋਕ ਕੀਰਤੀ ਗਾਇਕ ਕਹਿਣ ਜਾਂ ਕੀਰਤੀ ਲਿਖਾਰੀ ਕਹਿਣ ਮੈਂ ਇਹੀ ਦੁਆ ਕਰਦਾਗਾ ਜਿਹੜੀ ਆਪਾਂ ਗੱਲ ਕਰਦੇ ਆ ਮੌਕੇ ਦੀ ਤੁਹਾਨੂੰ ਜਿਹੜਾ ਮੌਕਾਗਾ ਉਹ ਮੌਕਾ ਜਿਹੜਾ ਮਿਲਿਆ ਵੀ ਆ ਪਰ ਇੱਕ ਆਪਾਂ ਗੱਲ ਕਰਦੇ ਆ ਵੀ ਵਧੀਆ ਇੱਕ ਪੈਸੇ ਵਾਲਾ ਬੰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਕੋਈ ਪ੍ਰੋਡਿਊਸਰ ਜਾਂ ਕੋਈ ਡਾਇਰੈਕਟਰ ਜਾਂ ਜਿਨ੍ਹਾਂ ਨੇ ਤੁਹਾਡੇ ਤੇ ਕੰਪਨੀ ਨੇ ਪੈਸੇ ਲਾਉਣੇ ਆ ਕੋਈ ਇਹੋ ਜਿਹੇ ਬੰਦੇ ਨੇ ਕਿਸੇ ਨੇ ਤੁਹਾਡੀ ਪਰਖ ਕਰੀ ਕੋਈ جوہری ਨੂੰ ਪਤਾ ਲੱਗਿਆ ਵੀ ਇਹ ਹੀਰਾ ਵੀ ਹੈਗਾ ਪੰਜਾਬ ਦੇ ਵਿੱਚ ਅਸਲ 'ਚ ਨਾ ਜਿਹੜੀ ਗਾਇਕੀ गा ਰਹੇ ਆ ਜਾਂ ਲਿਖ ਰਹੇ ਆ ਜੀ ਇਹਨਾਂ ਇਹਦੇ ਗਾਹਕ ਥੋੜੇ ਨੇ ਹੂੰ ਪਰ ਹੈ ਇੰਟੈਲੈਕਚੁਅਲ ਨੇ ਲੋਕ ਜਿਹੜੇ ਬੜੇ ਜਿਹੜੇ ਸ਼ਾਂਤ ਸੁਭਾਅ ਦੇ ਲੋਕ ਨੇ ਨਾ ਜਿਹੜੇ ਅੰਦਰੋਂ ਠੰਮੇ ਵਾਲੇ ਲੋਕ ਕਹਿ ਸਕਦੇ ਆਪਾਂ ਨਾ ਜੀ ਉਹ ਲੋਕ ਨੇ ਤਾਂ ਜਿਵੇਂ ਕਹ ਲਓ ਵੀ ਇੱਕ ਪਾਸੇ ਭੀੜ ਆ ਜਿਹੜੀ ਖੜੀ ਆ ਇੱਕ ਪਾਸੇ ਦੋ ਬੰਦੇ ਵੀ ਖੜੇ ਆ ਤਾਂ ਉਹ ਭੀੜ ਦੇ ਬਰਾਬਰ ਹੀ ਆ ਕਿਤੇ ਨਾ ਕਿਤੇ ਆ ਨਾ ਬੌਧਕਤਾ ਦੇ ਪੱਖ ਤੋਂ ਦੇਖੀ ਹੈ ਨਾ ਤੇ ਜਿਹੜੀ ਗੱਲ ਪ੍ਰੋਡਿਊਸਰ ਦੀ ਕਰੀਆ ਤਾ ਵੈਸੇ ਬਹੁਤ ਘੱਟ ਜਿਵੇਂ ਤੁਹਾਨੂੰ ਦੱਸਿਆ ਹਨਾ ਤੇ 2018 ਦੇ ਵਿੱਚ ਫੋਨ ਆਇਆ ਮੈਨੂੰ ਕਿਸੇ ਪ੍ਰੋਡਿਊਸਰ ਦਾ ਗਗਨ ਸਿੱਧੂ ਉਹਦਾ ਮੁੰਡੇ ਦਾ ਨਾਮ ਸੀਗਾ ਜੀ ਤੇ ਉਹ ਮੈਨੂੰ ਵੀ ਖੁਸ਼ੀ ਹੋਈ ਵੀ ਚਲੋ ਕੋਈ ਬੰਦਾ ਪੈਸੇ ਲਾਉਣ ਵਾਲਾ ਮਿਲਿਆ ਹਨਾ ਅੱਗੇ ਜਾਵਾਂਗੇ ਤਾਂ ਬੜਾ ਅੱਛਾ ਅਸੀਂ ਉੱਥੇ ਗਏ ਮੁਹਾਲੀ ਗਏ ਤੇ ਅੱਛੇ 뮤జిక్ ਡਾਇਰੈਕਟਰ ਤੋਂ ਗੈਗ ਸਟੂਡੀਓ ਦੇ ਵਿੱਚ ਸਾਡਾ ਡੰਮੀ ਬਣੇ ਹਨਾ 뮤జిక్ ਤਿਆਰ ਹੋਇਆ ਗਾਣਾ ਵੀ ਬੜਾ ਮਤਲਬ ਅੱਛਾ ਲੱਗਿਆ ਮੈਨੂੰ ਵੀ ਸੁਣ ਕੇ ਹਨਾ ਤੇ ਉਹ ਕਹਿੰਦੇ ਵੀ ਚਲੋ ਆਪਾਂ ਤੁਸੀਂ ਹਫਤਾਕ 10 ਦਿਨ ਰੁਕ ਜੋ ਫਿਰ ਆਪਾਂ ਵੀਡੀਓ ਕਰ ਦਿਆਂ ਤੇ ਆਪਾਂ ਜਲਦੀ ਇਸ ਨੂੰ ਮਤਲਬ ਅੱਗੇ ਲੈ ਕੇ ਆਵਾਂਗੇ ਹਨਾ ਤਾਂ ਉਹ ਜਦੋਂ ਮੈਂ ਫੋਨ ਕਰਿਆ ਹਫਤੇ ਬਾਅਦ ਦਾ ਉਹ ਫੋਨ ਸਨ ਬੰਦ ਮਤਲਬ ਮਿਲਿਆ ਹਨਾ ਫੋਨ ਲਗਾਤਾਰ ਬੰਦ ਆ ਰਿਹਾ ਸੀ ਹਫਤਾ ਬੀਤ ਗਿਆ 10 ਦਿਨ ਬੀਤ ਗਏ ਮਹੀਨਾ 2 ਮਹੀਨੇ ਹਮ ਸਾਲ ਡੇਢ ਸਾਲ ਬੀਤ ਗਿਆ ਜੀ ਅਸੀਂ ਸੋਚਿਆ ਵੀ ਚਲੋ ਬੰਦੇ ਨੂੰ ਨਹੀਂ ਫਿੱਟ ਲੱਗਿਆ ਹੋਣਾ ਹਨਾ ਅਸੀਂ ਵੀ ਅਸੀਂ ਵੀ ਕਿਤੇ ਨਾ ਕਿਤੇ ਅੰਦਰੋਂ ਵੀ ਐਂ ਸਾਡੀ ਪਕਾਈ ਕਰਾਈ ਇੰਨੀ ਵਾਰ ਤਾਂ ਨਾ ਗਏ ਜੀ 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 ਪਰ ਇੱਕ ਦਿਨ ਮੈਂ ਅਚਾਨਕ ਹੀ ਡੇਢ ਸਾਲ ਬਾਅਦ ਉਹਨੂੰ ਫੋਨ ਲਾਇਆ ਉਸੇ ਨੰਬਰ ਤੇ ਮੈਂ ਕਿਹਾ ਚਲੋ ਦੇਖੀ ਦੱਸੇ ਵੀ ਕੀ ਮਸਲਾ ਹੈ ਨਾ ਤਾਂ ਮੈਨੂੰ ਸੁਣ ਕੇ ਬੜੀ ਮਤਲਬ ਅੰਦਰੋਂ ਦੁੱਖ ਹੋਇਆ ਰਤਨ ਜੀ ਕਿ ਉਹਨਾਂ ਦੇ ਅੱਗੋਂ ਮਤਲਬ ਕਿਸੇ ਔਰਤ ਨੇ ਫੋਨ ਚੱਕਿਆ ਲੇਡੀ ਨੇ ਨਾ ਤੇ ਮੈਂ ਕਿਹਾ ਜੀ ਐਂ ਕਰਕੇ ਗगन ਸਿੱਧੂ ਨਾਲ ਅਸੀਂ ਗੱਲ ਕਰਨੀ ਆ ਤੇ ਉਹ ਕਹਿੰਦੇ ਭਾਜੀ ਉਹ ਤਾਂ ਮਤਲਬ ਹੋ ਗਿਆ ਉਹਨਾਂ ਨੂੰ ਸਾਲ ਸਵਾ ਸਾਲ ਦੇ ਨੇੜੇ ਕਿ ਉਹਨਾਂ ਦੀ ਡੈਥ ਹੋ ਗਈ ਤੇ ਮੈਂ ਤਾਂ ਸੱਚੇ ਅੰਦਰੋਂ ਮਤਲਬ ਕੰਬ ਗਿਆ ਇਸ ਚੀਜ਼ ਨਾਲ ਉਹ ਕਹਿੰਦੇ ਵੀ ਉਹ ਐਕਸੀਡੈਂਟ ਦੇ ਵਿੱਚ ਉਹ ਵਿਚਾਰੇ ਚਲੇ ਗਏ ਨਾ ਤਾਂ ਉਦੋਂ ਫਿਰ ਮੈਨੂੰ ਲੱਗਿਆ ਵੀ ਚਲੋ ਕੋਈ ਚੱਕਰ ਚਲੋ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ ਇਨ ਫਿਊਚਰ ਜਰੂਰ ਮਿਲਣਗੇ ਹਨ ਤਾਂ ਇਸ ਤਰ੍ਹਾਂ ਦੀ ਘਟਨਾ ਹੋ ਵਾਪਰੀ ਸੀ ਸਾਡੇ ਨਾਲ ਹਾਂਜੀ ਅ ਅੱਜ ਕੱਲ ਜਿਹੜੇ ਤੁਹਾਡੇ ਵਰਗੇ ਟਿਕਟੌਕ ਦੇ ਉੱਤੇ ਸਟਾਰ ਆਏ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਸਟਾਰੇ ਆਏ ਨੇ ਮੈਂ ਕਹੂੰਗਾ ਤੁਹਾਡੇ ਵਰਗੇ ਵਧੀਆ ਆਏ ਨੇ ਜਿਹੜੇ ਲੋਕ ਆਏ ਨੇ ਕੰਨਾਂ ਨੂੰ ਕਲਾਕਾਰ ਜਾਂ ਗੀਤਕਾਰ ਜਿਹੜੀਆਂ ਵੱਡੀਆਂ ਹਸਤੀਆਂ ਖਾਸ ਕਰਕੇ ਆਪਣੇ ਪੰਜਾਬੀ ਇੰਡਸਟਰੀ ਦੀਆਂ ਉਹ ਸ਼ੇਅਰ ਵੀ ਕਰਦੀਆਂ ਗੀਆਂ ਉਹਦੇ ਕੋਈ ਸਟੇਟਸ ਪਾਉਂਦਾਗਾ ਕੋਈ ਉਹਨਾਂ ਨੂੰ ਪ੍ਰੋਮੋਟ ਕਰਦਾ ਵੱਖੋ ਵੱਖ ਤਰੀਕਿਆਂ ਦੇ ਨਾਲ ਜਿਵੇਂ ਰਾਣਾ ਜੀ ਨੇ ਤੁਹਾਨੂੰ ਸੁਣਿਆ ਹੋ ਫਿਰ ਉਹਨਾਂ ਨੇ ਤੁਹਾਨੂੰ ਕੰਮ ਵੀ ਦਿੱਤਾ ਕੰਟੈਕਟ ਕਰਿਆ ਹਨਾ ਤੇ ਹੋਰ ਕਿਸੇ ਨੇ ਤੁਹਾਨੂੰ ਕਦੇ ਪ੍ਰੋਮੋਟ ਕਰਿਆਗਾ ਤੁਸੀਂ ਨਾਮ ਲੈਣਾ ਚਾਹੋਗੇ ਉਹਨਾਂ ਦਾ ਜ਼ਿਕਰਿਆਗਾ ਤਾਂ ਅ ਜਦੋਂ ਗੀਤ ਆਫੀਸ਼ੀਅਲੀ ਰਿਲੀਜ਼ ਹੋਇਆ ਜੀ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਖਤਾਬ ਖਤਾਬ ਗਾਣੇ ਨੂੰ ਵੀ ਕਾਫੀ ਅੱਛਾ ਰਿਸਪੌਂਸ ਮਿਲਿਆ ਸੀਗਾ ਉਸ ਤੋਂ ਬਾਅਦ ਫਸਲਾਂ ਵਾਲੇ ਗਾਣਾ ਰਿਲੀਜ਼ ਕਰਿਆ ਸੀਗਾ ਉਹਨੂੰ ਵੀ ਕਾਫੀ ਅੱਛਾ ਵਧੀਆ ਰਿਸਪੌਂਸ ਹਨ ਤਾਂ ਜਿਵੇਂ ਮੈਂ ਗੱਲ ਕਰਾਂ ਜਿਵੇਂ ਅੱਜ ਦੇ ਸਮੇਂ ਜੇ ਹੁਣ ਲੇਟੈਸਟ ਗੱਲ ਕਰਨੀ ਹੋਵੇ ਤਾਂ ਜਿਨ੍ਹਾਂ ਨੂੰ ਪੂਰਾ ਮਤਲਬ ਪੰਜਾਬ ਹੀ ਕਹ ਲਓ ਵੀ ਹਨਾ ਉਹਨਾਂ ਨੂੰ ਗਾਲਾਂ ਕੱਢਦਾ ਜਾਂ ਕਹਿ ਦਿੰਦੇ ਆ ਮਾੜਾ ਕਹਿੰਦਾ ਪਰ ਮੈਂ ਤਾਂ ਉਹ ਭਰਾ ਦਾ ਥੈਂਕਸ ਕਰਦਾ ਸਿੱਧੂ ਮੂਸੇ ਵਾਲਾ ਜੀ ਤੇ ਉਹਨਾਂ ਨੇ ਆਪਣੀ ਸ਼ਾਇਰੀ ਨੂੰ ਆਪਦੀ ਉਹਦੇ ਤੇ ਕੀ ਕਹਿੰਨਾ ਸਨੈਪ ਸਾਈਟ ਦੇ ਉੱਪਰ ਹਨਾ ਸ਼ੇਅਰ ਕੀਤਾ ਤੇ ਉਹ ਬਾਕੀ ਜਿਵੇਂ ਕਹਿੰਦੇ ਨਾ ਦਿਲ ਦਾ ਨਹੀਂ ਮਾੜਾ ਦਿਲ ਦਾ ਵਾਕਈ ਨਹੀਂ ਮਾੜਾ ਬਾਕੀ ਮੈਂ ਹੋਰ ਗੋਤਾਂ ਤੇ ਬਥੇਰੇਾਂ ਤੇ ਲਿਖਿਆ ਤੇ ਹੋਰ ਬਥੇਰੇ ਜਿਵੇਂ ਮਾਨ ਦੇ ਵਿੱਚ ਕਿੰਨੇ ਸਿੰਗਰ ਆ ਜਾਂਦੇ ਹਨਾ ਤਾਂ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਸ਼ੇਅਰ ਕੀਤਾ ਹੋਣਾ ਨਾ ਪਰ ਸਿੱਧੂ ਮੂਸੇ ਵਾਲੇ ਜੀ ਨੇ ਤੇ ਉਹਨਾਂ ਨੇ ਮਤਲਬ ਸ਼ੇਅਰ ਉਹਨਾਂ ਨੇ ਸਿੱਧੂ ਗੋਤ ਵਾਲਾ ਸ਼ੇਅਰ ਕਰਿਆ ਹਾਂ ਉਹਨਾਂ ਨੇ ਸਿੱਧੂ ਗੋਤ ਵਾਲਾ ਸ਼ੇਅਰ ਕੀਤਾ ਵਧੀਆ ਖੁਸ਼ੀ ਬਹੁਤ ਖੁਸ਼ੀ ਹੋਈ ਮੈਨੂੰ ਲੱਗਿਆ ਕਿ ਵਾਕਈ ਚਲੋ ਕਿੰਨੇ ਉਹਨਾਂ ਦੇ ਫੈਨਸ ਨੇ ਅੱਗੇ ਮੈਨੂੰ ਸਕਰੀਨਸ਼ਾਟ ਭੇਜੇ ਮੈਨੂੰ ਨੇ ਤੁਹਾਨੂੰ ਸ਼ੇਅਰ ਕੀਤਾ ਹਨ ਤਾਂ ਇਸ ਤਰੀਕੇ ਨਾਲ ਮੈਂ ਤਾਂ ਜਿਹੜਾ ਵੀ ਕੋਈ ਸਪੋਰਟ ਕਰ ਰਿਹਾ ਚੰਗੇ ਨੂੰ ਉਹਨਾਂ ਦਾ ਅਸੀਂ ਧੰਨਵਾਦੀ ਕਰਦੇ ਹਾਂ ਜੀ ਸ਼ੁਕਰੀਆ ਸੰਧੂ ਭਾਈ ਹਾਲਾਂਕਿ ਮੈਂ ਇਹ ਗੱਲ ਨਹੀਂ ਪੁੱਛਣੀ ਸੀ ਚਲੋ ਸਿੱਧੂ ਦਾ ਜ਼ਿਕਰ ਹੋਇਆ ਹੈਗਾ ਤੁਹਾਡੇ ਨਜ਼ਰੀਏ ਤੋਂ ਵੀ ਮੈਂ ਜਾਣਨਾ ਚਾਹੂੰਗਾ ਵੀ ਸਿੱਧੂ ਦੀ ਕਲਮ ਕਿੱਦਾਂ ਦੀ ਆ ਉਹਦੀ ਗਾਇਕੀ ਕਿੱਦਾਂ ਦੀ ਆ ਬੜਾ ਕੰਟਰੋਵਰਸ਼ਲ ਰਹਿੰਦਾਗਾ ਹਣਾ ਪੰਜਾਬ ਦੇ ਵਿੱਚ ਜੇ ਆਪਾਂ ਸਿੱਧੂ ਦੀ ਗੱਲ ਕਰਦੇ ਆ ਹਣਾ ਸਰਕਾਰਾਂ ਤੱਕ ਵੀ ਪੁਲਿਸ ਤੱਕ ਵੀ ਬੜਾ ਜੋ ਵੀ ਪਿਛਲੇ ਦਿਨੀ ਹੋਇਆਗਾ ਹਣਾ ਸਭ ਨੂੰ ਪਤਾ ਜਾਣੀ ਜਾਣਨੇ ਲੋਕ ਕਿੱਦਾਂ ਦੇਖਦੇ ਹੋ ਸਿੱਧੂ ਨੂੰ ਅਸਲ 'ਚ ਅਗੀ ਜਿਹੜੀ ਗੱਲ ਕਰ ਰਿਹਾ ਨਾ ਉਹ ਮਤਲਬ ਜਿਹੜੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਸਾਨੂੰ ਵੀ ਉਹ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਜੀ ਜਿਵੇਂ ਹੁਣ ਕੋਈ ਬਾਹਲੀ ਲੰਮੀ ਤਾਂ ਆਪਣੀ ਹਿਸਟਰੀ ਹੈ ਨਹੀਂ ਇਸ ਲਾਈਨ ਦੇ ਵਿੱਚ ਹਨ ਪਰ ਜਿੰਨੇ ਵੀ ਹੁਣ ਅਸੀਂ ਮਿਲਦੇ ਆਂ ਜਾ ਕੇ ਕਿਸੇ ਕੰਪਨੀ ਨੂੰ ਤਾਂ ਇੱਕੋ ਗੱਲ ਹੀ ਕਹੀ ਜਾਂਦੀ ਹੈ ਕਿ ਤੁਸੀਂ ਕੋਈ ਨਾ ਕਮਰਸ਼ੀਅਲ ਲੈ ਕੇ ਆਓ ਕਮਰਸ਼ੀਅਲ ਦਾ ਮਤਲਬ ਇਹੀ ਹੁੰਦਾ ਵੀ ਆਹ ਜਿਹੜਾ ਤੁਮ ਤੜਕਾ ਜਿਹੜਾ ਚੱਲਦਾ ਹੈ ਨਾ ਜਿਵੇਂ ਕਿ ਤੁਸੀਂ ਗੱਲ ਕੀਤੀ ਪਾਰਟਿਕੂਲਰ ਨੇਮ ਹਨਾ ਮੂਸੇ ਵਾਲ ਸਿੱਧੂ ਮੂਸੇ ਵਾਲਾ ਤਾਂ ਅਸਲ 'ਚ ਨਾ ਉਹ ਉਹ ਕਿਉਂ ਗਾ ਰਹੇ ਨੇ ਨਾ ਉਹਦੇ ਵਿੱਚ ਕਾਰਨ ਵੀ ਆ ਕਿ ਕਿ ਆਪਣੇ ਲੋਕਾਂ ਨੂੰ ਪ੍ਰਮੋਟ ਕਰਦੇ ਨੇ ਉਹ ਚੀਜ਼ ਨੂੰ ਉਹਨੂੰ ਸੁਣਦੇ ਨੇ ਇਹ ਗੱਲ ਹੈਗੀ ਹੈ ਕਿ ਦਿਨਾਂ ਕਿਤੇ ਹਨਾ ਤਾਂ ਕੱਲਾ ਪਏ ਨਹੀਂ ਕਹਿ ਸਕਦੇ ਕਿ ਉਹ ਗਾ ਰਿਹਾ ਹੈ ਤਾਂ ਕਿ ਦਿਨਾਂ ਕਿਤੇ ਗਲਤ ਹੈ ਜੇ ਆਪਾਂ ਰੋਕਣਾ ਚਾਹੁੰਦੇ ਆ ਚਲੋ ਜੇ ਚੱਲਦਾ ਤਾਂ ਇੰਜੋਏ ਕਰ ਰਹੇ ਆ ਸਾਰੇ ਹਨਾ ਪਰ ਜੇ ਤੁਸੀਂ ਕਹਿੰਦੇ ਹੋ ਵੀ ਇਹ ਚੀਜ਼ਾਂ ਨਾਮ ਬੰਨ ਜਾਂ ਨਾਮ ਅੱਗੇ ਆਉਣ ਹਨਾ ਤਾਂ ਫਿਰ ਫਿਰ ਇਹ ਦੇਖੋ ਵੀ ਉਹਨੂੰ ਪ੍ਰਮੋਟ ਕੌਣ ਕਰ ਰਿਹਾ ਪ੍ਰਮੋਟ ਵੀ ਤਾਂ ਆਪਾਂ ਹੀ ਕਰ ਰਹੇ ਆ ਆਪਣੀਆਂ ਗੱਡੀਆਂ ਦੇ ਵਿੱਚ ਆਪਣੇ ਫੋਨਾਂ ਦੇ ਵਿੱਚ ਉਹਦੇ ਗਾਣੇ ਚੱਲਦੇ ਨੇ ਹਨਾ ਤਾਂ ਇਸ ਕਰਕੇ ਮੈਂ ਤਾਂ ਇਹਨੂੰ ਇਸ ਪੱਖ ਤੋਂ ਹੀ ਦੇਖਦਾ ਵੀ ਇਹ ਸਾਰਾ ਸਿਸਟਮ ਇਕ ਕੰਮ ਕੋਈ ਇਹ ਨਹੀਂ ਕਿ ਕੋਈ ਇੱਕ ਬੰਦਾ ਹੀ ਉਹਨੂੰ ਚਲਾ ਰਿਹਾ ਹ ਯੂਨੀਵਰਸਲ ਕਹ ਲਓ ਜਾਂ ਇੱਕ ਸਮੁੱਚਾ ਸਮਾਜ ਜਾਂ ਉਹਨੂੰ ਚਲਾ ਰਿਹਾ ਤਾਂ ਚੱਲ ਰਿਹਾ ਜੇ ਤੁਸੀਂ ਨਕਾਰ ਦਿਓਗੇ ਤਾਂ ਅਗਲਾ ਨਹੀਂ ਕਰੂਗੇ ਇਹ ਚੀਜ਼ ਨੂੰ ਹਾਂ ਤਾਂ ਇਸ ਕਰਕੇ ਉਹ ਆਪਾਂ ਨਿਰਾਪੋਰਾ ਉਹਨਾਂ ਤੇ ਦੋਸ਼ ਵੀ ਨਹੀਂ ਦੇ ਸਕਦੇ ਹਾਂ ਇੱਕ ਗੱਲ ਇਹ ਵੀ ਆ ਕਿ ਜੇ ਤੂੰ ਉਹ ਚੰਗਾ ਕਰਨਗੇ ਤਾਂ ਕਿਤੇ ਨਾ ਕਿਤੇ ਸੁਣਨ ਵਾਲੇ ਹੈਗੇ ਨੇ ਪਰ ਉਹ ਥੋੜੇ ਨੇ ਜਿਹੜਾ ਚੰਗਾ ਸੁਣਦੇ ਨੇ ਜਿਵੇਂ ਪਹਿਲਾਂ ਆਪਾਂ ਖਤਾਬ ਗਾਨ ਦੀ ਗੱਲ ਕੀਤੀ ਸੀ ਜੀ ਸੰਧੂ ਸਾਹਿਬ ਮੈਂ ਚਾਹੁੰਗਾ ਕੋਈ ਹੋਰ ਸ਼ੇਅਰ ਹੋ ਜਾਣ ਜਾਂ ਖਾਸ ਤੌਰ ਤੇ ਜੇ ਜਾਂ ਤੁਸੀਂ ਕੋਈ ਧਾਰਮਿਕ ਪੱਖ ਤੋਂ ਚੀਜ਼ ਲਿਖੀ ਹੋਵੇ ਉਹ ਜ਼ਰੂਰ ਸਰੋਤਿਆਂ ਨੂੰ ਸੁਣਾਈ ਜਾਵੇ ਹਨਾ ਇਹਨਾਂ ਨੂੰ ਇਹ ਵੀ ਪਤਾ ਲੱਗੇ ਵੀ ਧਾਰਮਿਕ ਪੱਖ ਤੋਂ ਵੀ ਮੁੰਡਾ ਜ਼ਰੂਰ ਲਿਖਦਾ ਹੈ ਕੋਈ ਇਦਾਂ ਦੀ ਚੀਜ਼ ਹਾਂ ਹਾਂ ਬਿਲਕੁਲ ਬਿਲਕੁਲ ਪਿੱਛੇ ਜੇ ਗੁਰਨਾਨਕ ਸਾਹਿਬ ਦਾ ਪੁਰਬ ਬਣਾ ਕੇ ਗਏ ਆ ਨਾ ਤਾਂ ਉਦੋਂ ਮੈਂ ਕੁਝ ਲਿਖਿਆ ਸੀਗਾ ਉਹ ਤੁਹਾਡੇ ਨਾਲ ਸਾਂਝਾ ਕਰਦਾ ਜੀ ਜੀ ਉਹ ਸੀਗਾ ਇੱਕ ਓੰਕਾਰ ਇੱਕੋ ਕਰਤਾਰਾ ਇੱਕੋ ਸ਼ਬਦ ਦਾ ਸਗਲ ਪਸਾਰਾ ਇਹ ਜੋ ਖੰਡ ਬ੍ਰਹਿਮੰਡ ਸਾਰੇ ਸਜਦਾ ਕਰਦੇ ਸੂਰਜ ਤਾਰੇ ਬੇਪਰਵਾਹ ਆਂ ਢੰਗਾਂ ਨੂੰ ਝੁਕ ਝੁਕ ਸੀਸ ਝੁਕਾਵਾ ਉਹ ਆਜ਼ਮ ਨੇ ਆਰੇ ਰੰਗਾ ਨੂੰ ਜੀ ਉਹਦੀ ਕਿਰਪਾ ਉਹਦੇ ਕੱਲੇ ਉਹਦੀ ਮੌਸ ਫਕੀਰੀ ਪੱਲੇ ਤੁਰ ਪਈ ਫਕਰ ਧਾਰ ਫਕੀਰੀ ਤੇ ਲੜ ਸੱਚ ਦੀ ਬਣ ਮੇਰੀ ਸੋਹਣੀ ਬੰਤ ਬਣਾਈ ਨੂੰ ਜੀ ਜੋਤ ਇਲਾਹੀ ਤੁਰ ਪਈ ਸੋਧਣ ਧਰਤ ਲਕਾਈ ਨੂੰ ਹਮ ਕੇ ਉੱਚੇ ਮਕਸਦ ਨੀਲੇ ਬਾਣੇ ਲਾਉਂਦੇ ਇਕ ਥਾਂ ਨਹੀਂ ਟਿਕਾਣੇ ਪਹੁੰਚੇ ਮੱਕੇ ਅਤੇ ਮਦੀਨੇ ਛੱਡ ਕੇ ਜਾਤ ਲਗਾਉਂਦੇ ਸੀਨੇ ਸਾਰੇ ਰੱਬ ਦੇ ਬੰਦਿਆਂ ਨੂੰ ਜੀ ਗੋਸ਼ਟ ਕਰਸ ਲਝਾਉਂਦੇ ਨੇ ਧਰਮਾਂ ਦੇ ਫੰਦਿਆਂ ਨੂੰ ਨੰਗੇ ਪੈਰ ਮਾਰੂਥਲ ਤੱਪਦੇ ਜਾਂਦੇ ਪਾਪ ਪੱਬਾਂ ਨਾਲ ਨਪਦੇ ਜੀ ਹੋਏ ਜਦੋਂ ਗੁਰਾਂ ਨਾਲ ਮੇਲੇ ਸੱਜਣ ਠੱਗ ਜੇ ਬਣ ਗਏ ਚੇਲੇ ਪੱਟ ਤਾਂ ਜੜੋਂ ਬਰਾਈ ਨੂੰ ਜੋਤ ਇਲਾਹੀ ਤੁਰਪਈ ਸੋਧਨ ਧਰਤ ਲਗਾਈ ਨੂੰ ਜੀ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਉਹਦੇ ਤੇ ਹਣਾ ਲਿਖਿਆ ਸੀ ਬਾਬੇ ਕਿਰਤ ਦਾ ਪਾਠ ਪੜਾਇਆ ਪਰ ਅਸੀਂ ਸਭ ਕੁਝ ਦਿਲੋਂ ਭਲਾਇਆ ਹਮ ਚੱਕੀਆਂ ਬੋਰੀਆਂ ਚੱਕੇ ਪੀਪੇ ਘੁੰਮਦੇ ਕਾਰ ਸੇਵਾ ਦੇ ਜੀਪੇ ਚੜ ਗਈ ਧੂੜ ਸਮਾਨਾਂ ਨੂੰ ਹਮ ਕਿ ਗੁਰਦਾ ਕਿਹੜਾ ਰੋਕੂ ਦੱਸ ਗੁਰਦਾਸਿਆਂ ਬਲਵਾਨਾਂ ਹਮ ਉਹ ਕਰ ਲਈ ਦੁਬਾਰਾ ਹਣਾ ਸ਼ੇਰ ਦੁਬਾਰਾ ਕਰ ਲਿਆ ਨਾ ਦੁਬਾਰਾ ਕਰ ਲੋ ਦੁਬਾਰਾ ਕਰ ਇਸ ਇਸ ਨੂੰ ਕਰ ਲੋ ਠੀਕ ਨਹੀਂ ਨਹੀਂ ਬਾਬੇ ਕਿਰਤ ਦਾ ਪਾਠ ਪੜਾਇਆ ਪਰ ਅਸੀਂ ਸਭ ਕੁਝ ਦਿਲੋ ਭਲਾਇਆ ਚੱਕੀਆਂ ਬੋਰੀਆਂ ਨਾਲੇ ਪੀਪੇ ਘੁੰਮਦੇ ਕਾਰ ਸੇਵਾ ਦੇ ਜੀਪੇ ਚੜ ਗਈ ਧੂੜ ਸਮਾਨਾਂ ਨੂੰ ਓਏ ਕਿਹੜਾ ਰੋਕੂ ਦਸ ਗੁਰਦਾਸ ਸਿਆਂ ਬਲਵਾਨਾਂ ਨੂੰ ਜੀ ਮਹੰਗੇ ਹੁੰਦੇ ਜਾਣ ਚੜਾਵੇ ਸੇਵਾ ਘਟ ਗਈ ਵਧੇ ਦਿਖਾਵੇ ਬਸ ਪਹਿਰਾਵੇ ਉੱਤੇ ਡੁੱਲ ਗਏ ਗੱਲੋਂ ਸ਼ਬਦ ਸੁਰਤ ਦੀ ਭੁੱਲ ਗਏ ਜੀ ਸੋਹਣੀ ਬੰਤ ਬਣਾਈ ਨੂੰ ਜੋਤ ਇਲਾਹੀ ਜੋਤ ਇਲਾਹੀ ਤੁਰਪਈ ਸੋਧਣ ਧਰਤ ਲਕਾਈ ਨੂੰ ਜੋਤ ਇਲਾਹੀ ਤੁਰਪਈ ਸੋਧਣ ਧਰਤ ਲਕਾਈ ਨੂੰ ਵਾਹ ਜੀ ਵਾਹ ਅ ਸੰਤੂ ਸਾਹਿਬ ਕਿਤੇ ਨਾ ਕਿਤੇ ਹਰਮਨਜੀਤ ਤੋਂ ਵੀ ਪ੍ਰਭਾਵਤ ਹਾਂ ਸੁਣਦੇ ਹਾਂ ਉਹਨਾਂ ਨੂੰ ਪੜ੍ਹਦੇ ਹਾਂ ਉਹਨਾਂ ਨੂੰ ਬਿਲਕੁਲ ਹਰਮਨਜੀਤ ਰਾਣੀ ਤਤਵਾਲੇ ਉਹਨਾਂ ਦੀ ਮੈਂ ਕਿਤਾਬ ਨੂੰ ਬੜਾ ਨਿਠ ਕੇ ਪੜਿਆ ਤੇ ਬੜੀ ਖੂਬਸੂਰਤ ਸ਼ਬਦਾਵਲੀ ਆ ਤੇ ਬੜਾ ਮੈਂ ਉਹਨਾਂ ਨੂੰ ਕਹ ਲਓ ਇੱਕ ਤਰ੍ਹਾਂ ਦਾ ਪਿਆਰ ਸਤਿਕਾਰ ਤੁਹਾਡੇ ਚੈਨਲ ਦੇ ਥਰੂ ਵੀ ਦੇਣਾ ਚਾਹੁੰਦਾ ਤੇ ਬੜੀ ਖੂਬਸੂਰਤ ਕਲਮਾ ਮਿਲੇ ਹੋ ਗੱਲਬਾਤ ਹੋਈ ਕਦੇ ਨਹੀਂ ਵੈਸੇ ਨਹੀਂ ਮਿਲੇ ਪਰ ਫੋਨ ਤੇ ਗੱਲਬਾਤ ਜਰੂਰ ਹੋਈ ਉਹਨਾਂ ਨਾਲ ਜੀ ਹਾਂਜੀ ਜੀ ਇੱਕ ਮੈਂ ਹੋਰ ਪਰਸ਼ਨ ਤੁਹਾਨੂੰ ਪੁੱਛਣਾ ਰਹੂਗਾ ਅੱਜਕੱਲ ਜਿਹੜੇ ਨੌਜਵਾਨ ਨੇ ਤੁਸੀਂ ਵੀ ਮੋਬਾਈਲ ਦੇ ਵਿੱਚ ਇਹ ਕਿਦਾਂਗਾ ਵੀ ਮੋਬਾਈਲ ਦੇ ਵਿੱਚ ਲਿਖਦੇ ਹੋ ਜਿੱਥੇ ਬੈਠੇ ਵੀ ਉਥੇ ਜਾਦਾ ਗਿਆ ਮੋਬਾਈਲ ਦੇ ਵਿੱਚ ਇਦਾਂਗਾ ਕੋਈ ਗੱਲਬਾਤ ਬਿਲਕੁਲ ਜੀ ਹਾਂ ਜਿਵੇਂ ਪ੍ਰਾਣੇ ਜਿਹੜੇ ਉਹ ਚੇਤੇ ਵੀ ਵੱਡੇ ਹੁੰਦੇ ਸੀ ਹਨਾ ਪ੍ਰਾਣਾਂ ਦੀ ਗੱਲ ਆਪਾਂ ਗੱਲ ਕਰੀਏ ਹੁਣ ਤਾਂ ਬਹੁਤ ਕੁਝ ਚੱਲ ਰਿਹਾ ਦਿਮਾਗ ਦੇ ਵਿੱਚ ਤਾਂ ਉਹ ਕਿਤੇ ਨਾ ਕਿਤੇ ਖਲਾਰਾ ਪਿਆ ਪੈ ਜਾਂਦਾ ਹਨਾ ਤਾਂ ਇਸ ਕਰਕੇ ਇਹ ਫੋਨ ਆਪਣੇ ਕੋਲੇ ਡਿਵਾਈਸ ਆਪਣੇ ਕੋਲੇ ਰਹਿੰਦਾ ਹਮੇਸ਼ਾ ਆਪਣੇ ਇੱਕੋ ਸਰੀਰ ਦਾ ਇੱਕ ਅੰਗ ਹੀ ਬਣ ਗਿਆ ਹੈ ਹਨਾ ਤਾਂ ਇਹਦੇ ਵਿੱਚ ਵਧੀਆ ਇੱਕ ਨੋਟਿਸ ਦੇ ਵਿੱਚ ਤੁਸੀਂ ਉਹ ਸਾਰਾ ਟਾਈਪ ਕਰ ਸਕਦੇ ਹੋ ਤੇ ਬਾਕੀ ਡਾਇਰੀ ਵਗੈਰਾ ਤੇ ਵੀ ਲਿਖ ਲਈਦਾ ਪਰ ਨਾਲ ਇਹ ਹੁਣ ਜਿਵੇਂ ਨਾਲ ਇਹਨੂੰ ਕੈਰੀ ਕਰਨਾ ਸੌਖਾ ਚੱਕ ਕੇ ਹੁਣ ਤੁਹਾਡ ਨੂੰ ਵੀ ਇਹ ਤੋਂ ਦੇਖ ਪੜ ਪੜ ਕੇ ਸੁਣਾਈ ਜਾਂਦੇ ਹਨਾ ਤਾਂ ਇਸ ਕਰਕੇ ਵਧੀਆ ਇੱਕ ਟੈਕਨੀਕ ਦਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਜੀ ਸੰਧੂ ਸਾਹਿਬ ਹੁਣ ਜਾਂਦੇ ਜਾਂਦੇ ਸ਼ੇਅਰ ਵੀ ਆਪਾਂ ਮੈਂ ਚਾਹੂੰਗਾ ਕੋਈ ਸ਼ੇਅਰ ਵੀ ਹੋ ਜੇ ਕੋਈ ਹੋਰ ਵਧੀਆ ਲਿਖਤ ਵੀ ਹੋ ਜੇ ਪਰ ਉਸ ਤੋਂ ਪਹਿਲਾਂ ਇੱਕ ਪ੍ਰਸ਼ਨ ਆ ਤੁਹਾਡੇ ਲਈ ਵੀ ਆਨ ਵਾਲੇ ਕਿਹੜੇ-ਕਿਹੜੇ ਪ੍ਰੋਜੈਕਟ ਨੇ ਤੁਹਾਡੇ ਜਾਂ ਕਿਹੜੇ ਗਾਇਕ ਤੁਹਾਡੇ ਗੀਤ गा ਰਹੇ ਨੇ ਜਾਂ ਤੁਸੀਂ ਕੀ ਰੰਗ ਲੈ ਕੇ ਲੋਕਾਂ ਦੇ ਸਾਹਮਣੇ ਆ ਰਹੇ ਹੋ ਹਾਂਜੀ ਰਤਨਦੀਪ ਜੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਮੇਰੀ ਆਵਾਜ਼ ਦੇ ਵਿੱਚ ਵੀ ਆ ਰਹੇ ਨੇ ਗਾਣੇ ਤੇ ਕੁੰਵਰ ਬਰਾੜ ਮਿਊਜ਼ਿਕ ਡਾਇਰੈਕਟਰ ਜਿਵੇਂ ਪਹਿਲਾਂ ਦੱਸਿਆ ਸੀ ਸਾਡੀ ਪੂਰੀ ਟੀਮ ਹੈ ਜਿਹਦੇ ਵਿੱਚ ਆਕਿਬ ਖਾਨ ਹੈ ਹਰਫੂਲ ਸਿੰਘ ਭੁੱਲਰ ਹੈ ਤਾਂ ਅਸੀਂ ਪੂਰਾ ਮਤਲਬ ਇੱਕ ਟੀਮ ਵਰਕ ਕਰ ਰਹੇ ਹਾਂ ਤੇ ਬਹੁਤ ਖੂਬਸੂਰਤ ਸਾਡੇ ਗਾਣੇ ਬਣੇ ਪਏ ਆ ਤੇ ਬਸ ਜਲਦੀ ਉਹਨਾਂ ਨੂੰ ਰਿਲੀਜ਼ ਕਰਾਂਗੇ ਮੇਰੀ ਆਵਾਜ਼ ਦੇ ਵਿੱਚ ਗਾਣਾ ਆ ਰਿਹਾ ਸ਼ੱਕ ਜਿਹਦਾ ਨਾਮ ਹੈ ਜਲਦੀ ਹੀ ਰਿਲੀਜ਼ ਕਰਾਂਗੇ ਬਾਕੀ ਐਜ਼ ਅ ਗੀਤਕਾਰ ਵੀ ਜਿਵੇਂ ਪਹਿਲਾਂ ਮੈਂ ਦੱਸ ਹੀ ਦਿੱਤਾ ਸੀ ਹਨਾ ਵੱਡੇ ਆਰਟਿਸਟ ਹੈ ਜਿਹੜੇ ਉਹ ਕੁਝ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਇੱਕ ਦੋਾਂ ਦੇ ਨਾਲ ਡਨ ਹੋ ਗਿਆ ਸੋ ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਾਫੀ ਕੁਝ ਸੁਣਨ ਨੂੰ ਮਿਲੂਗਾ ਜੀ ਮੈਂ ਹੁਣ ਚਾਹੂਗਾ ਕੋਈ ਸ਼ਾਇਰੀ ਹੋ ਜੇ ਵਧੀਆ ਜੀ ਜੋ ਆਪਣੇ ਮਤਲਬ ਵੀ ਪਿੰਡਾਂ ਦੇ ਉੱਤੇ ਕਟਾਸ਼ ਕਰਦੀ ਹੋਵੇ ਖਾਸ ਕਰਕੇ ਜੇ ਸ਼ਰੀਕੇ ਵਾਲੀ ਜੇ ਗੱਲ ਤੁਸੀਂ ਸੁਣਾ ਸਕਦੇ ਹੋ ਤਾਂ ਉਹ ਪਲੀਜ਼ ਮੈਂ ਚਾਹਾਂਗਾ ਹਾਂ ਜੀ ਆ ਉਹ ਸੀਗੇ ਭਰੀ ਪੰਚਾਇਤ ਵਿੱਚ ਕੱਢਣੀ ਹੈ ਗਾਲ ਮਾੜੀ ਰੱਸਾ ਪਾਉਣਾ ਮਾੜਾ ਸਾਝੇ ਸਾਣ ਨੂੰ ਸਾਡੇ ਨੁਕਸਾਨ ਤੇ ਜੋ ਤਾੜੀ ਮਾਰ ਹੱਸਦੇ ਕੀ ਅੱਗ ਲਾਉਣੀ ਇਹੋ ਜੇ ਗਵਾਂਢ ਨੂੰ ਕੰਮ ਤੇ ਫੋਕਸ ਨੀਤ ਸਾਫ ਗੁਰਦਾਸ ਸੰਧੂ ਹਲਕੀ ਜੀ ਮੁੱਛ ਰੱਖੋ ਛਾੜ ਕੇ ਮੱਚਦੇ ਸ਼ਰੀਕਾਂ ਦੀ ਕੋਈ ਚਲਦੀ ਨਾ ਵਾਹ ਬਸ ਲੈਂਦੇ ਰੋ ਸੁਆਦ ਇੱਕ ਸਾੜ ਕੇ ਬਸ ਲੈਂਦੇ ਰੋ ਸੁਆਦ ਇੱਕ ਸਾੜ ਕੇ ਸੋ ਹਮੇਸ਼ਾ ਆਪਦੇ ਕੰਮ ਵੱਲ ਪੋਜ਼ਿਟਿਵ ਹਨਾ ਤਰੀਕੇ ਦੇ ਨਾਲ ਫੋਕਸ ਕਰੀਏ ਤਾਂ ਵਧੀਆ ਹੀ ਅੱਗੇ ਹੋਗਾ ਜੀ ਜੀ ਇੱਕ ਤੁਸੀਂ ਜ਼ਿਕਰ ਕਰ ਰਹੇ ਸੀ ਮੇਰੇ ਨਾਲ ਵੀ ਤੁਸੀਂ ਜਿਹੜੇ ਪੁਰਾਣੇ ਗਾਇਕ ਹੋਏ ਨੇ ਉਹਨਾਂ ਲਈ ਵੀ ਕੁਝ ਲਿਖਿਆਗਾ ਮੈਂ ਚਾਹੂੰਗਾ ਵੀ ਉਹ ਵੀ ਜਾਂਦੇ ਜਾਂਦੇ ਹੋ ਜੇ ਤੇ ਫੇਰ ਆਪਾਂ ਇਹ ਆਜਤ ਲਵਾਗੇ ਜੀ ਬਿਲਕੁਲ ਉਹ ਮੈਂ ਪਰਾਣਿਆਂ ਨੂੰ ਕਾਫੀ ਮੈਂ ਸੁਣਦਾ ਹੈ ਨਾ ਜਿਵੇਂ ਉਹਨਾਂ ਦੇ ਗਾਇਕੀ ਆ ਉਹਨਾਂ ਦੇ ਮੈਂ ਨਾਮ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ ਬਾਕੀ ਸਾਡੇ ਦਰਸ਼ਕ ਦੱਸਣਗੇ ਨਾ ਵੀ ਉਹਨਾਂ ਨੂੰ ਕਿਵੇਂ ਲੱਗਈ ਇਹ ਚੀਜ਼ ਦਿਲਾਂ ਉੱਤੇ ਰਾਜ ਕਰੀ ਜਾਂਦੇ ਓਸਤਾਦ ਲੋਕ ਸੁਣਦੇ ਪਰਾਣੇ ਕਰਨੈਲ ਗਿਲ ਜਮਲਾ ਹਾਕਮ ਬਖਤੜੀ ਤੇ ਕੇ ਦੀਪ ਨਾਲ ਨਾਲ ਚੱਲਦਾ ਟਰੱਕਾਂ ਚ ਸਦੀਕ ਤੇ ਰਮਲਾ ਬੀਬਾ ਨੂਰ ਜਹਾਂ ਦਿਲਸ਼ਾਦ ਕੌਣ ਬਣ ਜਾਊਗਾ ਲੋਕਤੱਤ ਕਿੱਸੇ ਸਾਰੇ ਮਾਨਕ ਹੀ ਗਾ ਗਿਆ ਹੁਣ ਵੀ ਬਜ਼ੁਰਗਾਂ ਨੂੰ ਮੂੰਹ ਦੀ ਜਗਮੋਣ ਕੌਰ ਤਰਜਾ ਚੱਲਣ ਜਮਕੀਲਾ ਜੋ ਬਣਾ ਗਿਆ ਪਾਲ ਸਿੰਘ ਪਾਲ ਮਸਤਾਨਾ ਪ੍ਰਕਾਸ਼ ਕੌਰ ਆਲਮ ਲੋਹਾਰ ਜੇ ਦੁਨੀਆ ਤੇ ਛਾ ਗਏ ਓਏ ਲਤਾ ਜੀ ਤੇ ਰਫੀ ਸਾਬ ਵਰਗੇ ਰਿਕਾਰਡ ਖੜੇ ਨੁਸਰਤ ਸਾਹਿਬ ਹੋਰੀ ਉੱਚਾ ਸੁੱਚਾ ਗਾ ਗਏ ਕੋਇਲ ਪੰਜਾਬ ਦੀ ਜੀ ਸੁਣਿਓ ਸੁਰਿੰਦਰ ਕੌਰ ਵੱਖਰੀ ਦਦਾਰ ਸੰਧੂ ਬਣਤ ਬਣਾ ਗਿਆ ਰਾਜ ਬਰਾੜ ਨੇ ਟ੍ਰੈਂਡ ਨਵੇਂ ਸੈੱਟ ਕੀਤੇ ਉੱਚੀ ਲੰਮੀ ਹੇਕ ਬਿੰਦ ਰਖੀ ਆਈ ਲਾ ਗਿਆ ਮੇਜਰ ਰਾਜਸਥਾਨੀ ਧਰਮਪ੍ਰੀਤ ਸੁਣ ਆਸ਼ਕਾਂ ਦੀ ਹੰਝੂਆਂ ਨਾਲ ਭਿੱਜ ਜਾਂਦੀ ਹਿੱਕ ਸੀ ਉਹਨਾਂ ਸਮਿਆਂ ਦੀ ਗੱਲ ਕਰੇ ਗੁਰਦਾਸ ਸੰਧੂ ਜਦੋਂ ਬੈਠਕ ਦੀ ਸ਼ਾਨ ਰੀਲਾਂ ਵਾਲਾ ਡਿੱਕ ਸੀ ਜਦੋਂ ਬੈਠਕਾਂ ਦੀ ਸ਼ਾਨ ਰੀਲਾਂ ਵਾਲਾ ਡਿੱਕ ਸੀ ਕੀ ਬਾਤ ਕੀ ਬਾਤ ਹੈ ਗੁਰਦਾਸ ਜੀ ਮੈਂ ਵੀ ਇੱਕ ਵਾਰ ਫੇਰ ਅਰਦਾਸ ਕਰਦਾਗਾ ਵੀ ਤੁਹਾਡੀ ਉਮਰ ਵੀ ਇੰਨਾ ਹੀ ਗਾਇਕਾਂ ਦੇ ਵਾਂਗ ਲੰਬੀ ਹੋਵੇ ਤੇ ਪੰਜਾਬ ਦੇ ਲੋਕ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਤੁਹਾਨੂੰ ਮਣਾ ਮੁਹੀ ਪਿਆਰ ਦੇਣ ਤੇ ਤੁਸੀਂ ਹਮੇਸ਼ਾ ਪੰਜਾਬ ਦਾ ਸਿੱਖ ਕੌਮ ਦਾ ਤੇ ਪਿੰਡਾਂ ਵਾਲਿਆਂ ਦਾ ਨਾਮ ਰੌਸ਼ਨ ਕਰੋ ਹੁਣ ਤੁਹਾਤੋਂ ਇਜਾਜ਼ਤ ਲਵਾਂਗੇ ਬਹੁਤ ਹੀ ਵਧੀਆ ਲੱਗਾ ਅੱਜ ਦੀ ਗੱਲਬਾਤ ਕਰਕੇ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਆਰਐਮਬੀ ਟੈਲੀਵਿਜ਼ਨ ਤੇ तमाम ਜਿਹੜੇ ਦਰਸ਼ਕ ਸਰੋਤੇ ਦੇਖ ਰਹੇ ਸੁਣ ਰਹੇ ਹਨ ਉਹਨਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਇਸ ਤਰ੍ਹਾਂ ਹੀ ਅੱਗੇ ਦੇ ਅੱਗੇ ਸਪੋਰਟ ਕਰਦੇ ਰਹੋ ਜੀ ਤੇ ਲਿਖਦੇ ਰਵਾਂਗੇ ਰਤਨਦੀਪ ਜੀ ਤੁਸੀਂ ਸਪੈਸ਼ਲੀ ਚੱਲ ਕੇ ਆਏ ਤੁਹਾਡਾ ਵੀ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ ਵੀ ਥੈਂਕ ਯੂ ਜੀ ਧੰਨਵਾਦ ਆ ਦੋਸਤੋ ਅੱਜ ਦੀ ਮੁਲਾਕਾਤ ਕਿੱਦਾਂ ਲੱਗੀ ਇਹਦਾ ਤੁਸੀਂ ਕਮੈਂਟ ਕਰਕੇ ਹੀ ਦੱਸ ਇੱਕ ਖਾਸ ਤੌਰ ਦੇ ਉੱਤੇ ਜੋ ਗੋਤਾਂ ਵਾਲਾ ਬਾਈ ਨੇ ਸ਼ੇਰ ਗਾਏ ਨੇ ਉਹ ਮੈਂ ਤਾਂ ਨਹੀਂ ਪੁੱਛੇ ਕਿਉਂਕਿ ਬੜਾ ਲੰਬਾ ਹੋ ਜਾਣਾ ਸੀ ਮੁਲਾਕਾਤ ਨੇ ਤੇ ਜੇ ਬਾਈ ਦੇ ਤੁਸੀਂ ਗੋਤਾਂ ਵਾਲੇ ਸ਼ੇਰ ਸੁਣਨੇ ਆ ਤਾਂ ਬਾਈ ਨੂੰ ਤੁਸੀਂ ਇਹਨਾਂ ਦੇ ਫੇਸਬੁੱਕ ਪੇਜ ਤੇ ਫੋਲੋ ਜ਼ਰੂਰ ਕਰ ਸਕਦੇ ਹੋ ਬਾਈ YouTube ਤੇ ਵੀ ਨੇ ਤੇ Facebook ਤੇ ਵੀ ਨੇ ਹੁਣ ਤੁਹਾਨੂੰ ਇਜਾਜ਼ਤ ਲਵਾਂਗੇ ਅੱਗੇ ਵੀ ਅਸੀਂ ਇਹੋ ਜਿਹੇ ਫਨਕਾਰਾਂ ਨੂੰ ਇਹੋ ਜਿਹੇ ਗੀਤਕਾਰਾਂ ਨੂੰ ਤੁਹਾਡੇ ਸੰਮੁਖ ਕਰਦੇ ਰਹਾਂਗੇ ਹੁਣ ਆਪਣੇ دوست ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ ਧੰਨਵਾਦ Bye. <laughs>